ਠੀਕ ਹੈ, ਹਾਂਜੀ ਤੇ ਉਹਦੇ ਜਵਾਬ 'ਚ ਉਹਨੇ ਕਿਹਾ ਕਿ ਨਹੀਂ ਹੋਏ, ਉਹਨੇ ਤਾਂ ਨਹੀਂ ਕੀਤਾ। ਤੇ ਅੱਗੇ ਮਿਰਜ਼ਾ ਪਾ ਕਹਿੰਦਾ ਕਿ ਇਸ ਕਾ ਜਵਾਬ ਮਹਿਜ਼ ਇਨਕਾਰ ਕੇ ਅਲਫਾਜ਼ ਸੇ ਦਿਆ ਗਿਆ, ਹਾਲਾਂਕਿ ਐਸਾ ਜਵਾਬ ਸਹੀ ਨਹੀਂ ਹੈ। ਠੀਕ ਅੱਛਾ, ਹੈ ਜੀ, ਸ਼ਾਹਿਦ ਭਾਈ, ਸ਼ਾਹਿਦ ਭਾਈ ਮੁਫਤੀ ਸਾਹਿਬ ਆ ਗਏ ਨੇ, ਉਸਤਾਦ ਜੀ ਆ ਗਏ ਨੇ। ਮੈਨੂੰ ਪਹਿਲੇ ਇਹਨਾਂ ਦਾ ਇੱਥੋਂ ਜਵਾਬ ਲੈ ਲੈਂਦੇ ਹੋ। ਹਾਂਜੀ ਦੱਸੋ ਜੀ ਇੱਥੇ। ਮੈਂ ਅਰਜ਼ ਕਰ ਰਿਹਾ ਕਿ ਹਾਂ ਠੀਕ ਹੈ ਤੁਹਾਡੀ ਗੱਲ, ਮੈਂ ਮੰਨਦਾ ਕਿ ਇਹਦਾ ਜਵਾਬ ਇਹ ਨਹੀਂ ਹੈ, ਇਹਦਾ ਜਵਾਬ ਇਹ ਹੀ ਬਣਦਾ ਕਿ ਉਹ ਨਬੀ ਨੇ ਮਤਲਬ ਕਿ, ਠੀਕ ਹੈ ਤੁਸੀਂ ਇਹ ਕਹਿ ਰਹੇ ਹੋ, ਹੁਣ ਅੱਗੇ ਜ਼ਰਾ ਡਿਟੇਲ ਦੇ ਵਿੱਚ ਆਓ ਨਾ। ਅੱਛਾ ਜੀ, ਹੁਣ ਅੱਗੇ ਥੋੜ੍ਹਾ ਜਿਹਾ ਮੁਫਤੀ ਸਾਹਿਬ ਇਜਾਜ਼ਤ ਹੈ, ਮੈਂ ਗੱਲ ਜਾਰੀ ਰੱਖਾਂ। ਜੀ ਜੀ ਜਾਰੀ ਰੱਖੋ। ਅੱਛਾ ਜੀ, ਇੱਥੇ ਇਹ ਥੋੜ੍ਹਾ ਜਿਹਾ ਉੱਤੇ ਉੱਤੋਂ ਥੋੜ੍ਹਾ ਜਿਹਾ ਥੱਲੇ ਪੜ੍ਹੀਏ ਕਿ ਪੂਰੇ ਪੂਰਾ ਹੀ ਪੜ੍ਹੀਏ? ਚਲੋ ਪੜ੍ਹਦੇ ਆਓ ਨਾ, ਚਲੋ ਪੜ੍ਹ ਲਵੋ, ਪੜ੍ਹ ਇੱਕ ਸਫ਼ਾ। ਮੈਂ ਮੇਨ ਮੇਨ ਮੁੱਦਿਆਂ ਤੇ ਆਣਾ ਨਾ, ਠੀਕ ਹੈ ਮੇਨ, ਕਿਉਂਕਿ ਇਹ ਸਾਰੇ ਅੱਗੇ ਉਹਨੇ ਹਵਾਲੇ ਦਿੱਤੇ ਨੇ ਕਿ ਇਸ ਕਿਤਾਬ ਨੂੰ ਵੀ ਦੇਖ ਲਓ, ਇਸ ਕਿਤਾਬ ਨੂੰ ਵੀ ਦੇਖ ਲਓ, ਉੱਥੇ ਜਾ ਕੇ ਪੜ੍ਹ ਲਓ, ਉੱਥੇ ਵੀ ਦਾਅਵੇ ਨੇ। ਠੀਕ ਹੈ, ਹੁਣ ਜਿਹੜਾ ਮੇਨ ਮੁੱਦਾ ਇੱਥੇ ਆਉਂਦਾ ਹੈ, ਇੱਥੇ ਵੀ ਵੇਖ ਲਓ ਇੱਥੇ ਕੀ ਕਹਿੰਦਾ ਪਿਆ ਵੇ, ਇਸ ਮੇਂ ਸਾਫ਼ ਤੌਰ ਪਰ, ਪਹਿਲੇ ਉੱਤੇ ਕਿਤਾਬਾਂ ਦੇ ਹਵਾਲੇ ਸਨ ਤੇ ਇਸ ਵਾਸਤੇ ਮੈਂ ਪੜ੍ਹਨਾ ਨੇ ਕੀਤਾ, ਕਹੋਗੇ ਤਾਂ ਪੜ੍ਹ ਦਾਂਗੇ। ਜੀ ਜੀ, ਉੱਤੇ ਲਿਖਿਆ ਦਾ ਇਸ ਮੇਂ ਸਾਫ਼ ਤੌਰ ਪਰ ਇਸ ਆਜਜ਼ ਕੋ ਰਸੂਲ ਕਰਕੇ ਪੁਕਾਰਾ ਗਿਆ, ਫਿਰ ਇਸ ਕੇ ਬਾਅਦ ਇਸੀ ਕਿਤਾਬ ਮੇਂ ਮੇਰੀ ਨਿਸਬਤ ਯੇ ਵਹੀ ਅੱਲਾ ਹੈ ਅੱਗੇ, ਯਾਨੀ ਖੁਦਾ ਕਾ ਰਸੂਲ ਨਬੀਓ ਕੇ ਹਲੂਲ ਮੇਂ। ਅੱਗੇ ਫਿਰ ਇੱਕ ਹੋਰ ਕਿਤਾਬ ਕਹਿੰਦਾ, ਉੱਥੇ ਵੀ ਪੜ੍ਹ ਲਓ, ਉੱਥੇ ਵੀ ਮੈਂ ਹੀ ਲਿਖਿਆ ਦਾ ਜੇ, ਅੱਗੇ ਸੁਣੀਓ ਜ਼ਰਾ, ਹੁਣ ਦਿਲ ਥਾਮ ਕੇ ਸੁਣੀਓ। ਇਸ ਵਹੀ ਇਲਾਹੀ ਮੇਂ ਮੇਰਾ ਨਾਮ ਮੁਹੰਮਦ ਰੱਖਿਆ ਗਿਆ, ਨੌਜ਼ ਬਿੱਲਾ, ਔਰ ਰਸੂਲ ਵੀ, ਫਿਰ ਯੇ ਵਹੀ ਅੱਲਾ ਹੈ ਅੱਗੇ, ਫਿਰ ਇੱਕ ਹੋਰ ਕਿਤਾਬ ਦਾ ਹਵਾਲਾ ਦੇ ਛੜਿਆ, ਦੁਨੀਆ ਮੇਂ ਇੱਕ ਨਜ਼ੀਰ ਆਇਆ। ਠੀਕ ਹੈ, ਅੱਗੇ ਫਿਰ ਕਿਤਾਬਾਂ ਦੇ ਹਵਾਲੇ ਅਤੇ ਫਿਰ ਅੱਗੇ, ਹੁਣ ਮੁੱਦੇ 'ਤੇ ਆਉਂਦੇ ਹਾਂ ਜਨਾਬ, ਐਂਡ ਵਾਲਾ ਮੁੱਦਾ ਦੇਖੋ ਕਿ ਇੱਥੇ ਕੀ ਕਹਿੰਦਾ। ਕਹਿੰਦਾ ਇਸ ਆਇਤ ਮੇਂ ਪੇਸ਼ਗੋਈ ਹੈ ਕਿ ਜਿਸ ਕੀ ਹਮਾਰੇ ਮੁਹਾਲਫੋਂ ਕੋ ਖਬਰ ਨਹੀਂ, ਵੋ ਯੇ ਹੈ ਕਿ ਅੱਲਾ ਤਾਲਾ ਇਸ ਆਇਤ ਮੇਂ ਫਰਮਾਤਾ ਹੈ ਕਿ ਆ ਹਜ਼ਰ ਸੱਲੱਲਾਹੁ ਅਲੈਹਿ ਵਸੱਲਮ। ਆਇਤ ਦੇਖੋ ਜੀ ਕਿੱਡੀ ਵੱਡੀ ਹੈ, ਦੋ ਲੈਣਾਂ ਖਿੱਚਣੀਆਂ ਹੈ, ਇਹ ਪੂਰੀ ਆਇਤ ਵੀ ਨਹੀਂ ਹੈ, ਦੋ ਲੈਣਾ। ਠੀਕ ਹੈ, ਦੇਖ ਲਓ ਇੱਥੋਂ ਇੱਥੋਂ ਸ਼ੁਰੂ ਹੁੰਦੀ ਹੈ, ਇੱਥੇ ਖਤਮ ਹੋ ਜਾਂਦੀ ਹੈ, ਹੈ ਜੀ ਜੀ ਠੀਕ ਹੈ, ਇਹ ਪੂਰੀ ਆਇਤ ਨਹੀਂ ਹੈ, ਸਿਰਫ ਦਜਲ ਹੈ। ਠੀਕ ਹੈ, ਅੱਛਾ ਇੱਥੇ ਕਹਿੰਦਾ ਪਿਆ ਇਸ ਆਇਤ ਮੇਂ ਫਰਮਾਇਆ ਹੈ ਕਿ ਆ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਕੇ ਬਾਅਦ ਪੇਸ਼ਨ ਗੋਈਓ ਕੇ ਦਰਵਾਜ਼ੇ ਕਿਆਮਤ ਤੱਕ ਬੰਦ ਕਰ ਦਿਏ ਗਏ, ਔਰ ਮੁਮਕਿਨ ਨਹੀਂ ਕਿ ਅਬ ਕੋਈ ਹਿੰਦੂ ਜਾਂ ਯਹੂਦੀ ਜਾਂ ਈਸਾਈ ਜਾਂ ਕੋਈ ਰਸਮੀ ਮੁਸਲਮਾਨ ਨਬੀ ਕੇ ਲਫਜ਼ ਕੋ ਆਪਣੀ ਨਿਸਬਤ ਸਾਬਤ ਕਰ ਸਕੇ। ਨਬੂਵਤ ਕੀ ਤਮਾਮ ਖਿੜਕੀਆਂ ਬੰਦ ਕੀ ਗਈ। ਠੀਕ ਹੈ, ਮਗਰ ਮੈਂ ਥੋੜ੍ਹਾ ਜਿਹਾ ਇੱਧਰ ਕਰਨਾ ਤਾਂ ਕਿ ਤੁਹਾਨੂੰ ਪੜ੍ਹਦੇ ਤੁਹਾਨੂੰ ਆਪੀ ਵੀ ਪੜ੍ਹਦੇ ਆਸਾਨੀ ਹੋ ਜਾਵੇ। ਜੀ ਜੀ, ਮਗਰ ਏਕ ਖਿੜਕੀ ਸੀਰਤ ਸਦੀਕੀ ਕੀ ਖੁੱਲੀ ਹੈ, ਯਾਨੀ ਫਨਾਫੀ ਰਸੂਲ ਕੀ, ਹੈਂ ਫਨਾਫੀ ਰਸੂਲ ਕੀ, ਬਸ ਜੋ ਸ਼ਖਸ ਇਸ ਖਿੜਕੀ ਕੀ ਰਾਹ ਸੇ ਖੁਦਾ ਕੇ ਪਾਸ ਆਤਾ ਹੈ, ਇਸ ਪਰ ਜ਼ਿੱਲੀ ਤੌਰ ਪਰ ਵਹੀ ਨਬੂਵਤ ਕੀ ਚਾਦਰ ਪਹਿਨਾਈ ਜਾਤੀ ਹੈ, ਜੋ ਨਬੂਵਤ ਨੌਜ਼ਬਿੱਲਾ ਲਾਨਤ ਬੇਸ਼ੁਮਾਰ ਮੇਰੇ ਤੇਰੇ ਤੇ, ਹੈਂ ਵਹੀ ਨਬੂਵਤ ਕੀ ਚਾਦਰ ਪਹਿਨਾਈ ਜਾਤੀ ਹੈ, ਜੋ ਨਬੂਵਤ ਮੁਹੰਮਦੀ ਕੀ ਚਾਦਰ ਹੈ, ਇਸ ਲਈ ਇਸ ਕਾ ਨਬੀ ਹੋਣਾ ਗੈਰਤ ਕੀ ਜਗ੍ਹਾ ਨਹੀਂ, ਕਿਉਂਕਿ ਵੋ ਆਪਣੀ ਜ਼ਾਤ ਸੇ ਨਹੀਂ ਬਲਕਿ ਆਪਣੇ ਨਬੀ ਕੇ
चश्मा से लेता है और ना वो अपने लिए बल्कि इसी के जलाल के लिए इसका नाम आसमान पर नौज़ बिल्ला मोहम्मद और अहमद रखा गया मोहम्मद और अहमद है। इसके माने ये हैं कि मोहम्मद की नबूवत आहर मोहम्मद को ही मिल गई गोया बरूजी तौर पर। ਉਹ ਤੇ ਆਪਣੇ ਆਪ ਨੂੰ ਕੁਝ ਹੋਰ ਕਹਿੰਦਾ ਜੇ ਪਿਆ, ਤੁਸੀਂ ਤੇ ਕਹਿੰਦੇ ਹੋ ਪਏ ਜੀ ਸੁਣਿਓ ਜੀ। ਬਿਲਕੁਲ ਅੱਗੇ ਮਜ਼ੀਦ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਤਾਂ ਕਿ ਤੁਹਾਡੀਆਂ ਥੋੜੀ ਜਿਹੀ ਹੈ ਨਾ। ਅੱਛਾ ਸ਼ਾਇਦ ਭਾਈ ਪਹਿਲਾਂ ਇਹਦੇ ਤੇ ਉਹਨਾਂ ਦਾ ਲੈ ਲਓ ਨਾ ਵਿਊ। ਇੱਕ ਸੈਕਿੰਡ ਕਿਉਂਕਿ ਅਜੇ ਥੋੜੀ ਜਿਹੀ ਗੱਲ ਉਹਨਾਂ ਨੂੰ ਨਾ ਹੋਰ ਮੈਂ ਮਜ਼ੀਦ ਦੱਸ ਛੜਾ ਜਿਹੜਾ ਕਿ ਸਾਫ ਆਇਨੇ ਦੀ ਸੂਰਤ ਚ। ਠੀਕ ਹੈ ਯਾਰ, ਸ਼ਾਇਦ ਭਾਈ ਮੇਰੀ ਗੱਲ ਸੁਣ ਲਓ, ਮਾਤਾ ਦੇ ਨਾਲ ਇੱਕ ਗੱਲ ਸੁਣ ਲਓ। ਜੱਟ ਸਾਹਿਬ ਇੱਕ ਸੈਕਿੰਡ। ਅੱਛਾ ਜੀ ਕਿਲਰ ਸਾਹਿਬ, ਅੱਛੀ ਗੱਲ ਹੈ, ਉਹਨਾਂ ਨੂੰ ਕਲੀਅਰ ਕਰਨ ਦਿਓ, ਕੋਈ ਮਸਲਾ ਨਹੀਂ ਹੈਗਾ। ਅੱਛਾ ਜੀ, ਕਿ ਇੱਥੇ ਕੀ ਕਹਿੰਦਾ ਪਿਆ, ਇਸ ਮੋਹਰ ਕੋ ਤੋੜਨੇ ਵਾਲਾ ਹੋਗਾ ਜੋ ਹਾਤਮੁਨ ਨਬੀਨ ਪਰ ਹੈ, ਲੇਕਿਨ ਅਗਰ ਕੋਈ ਸ਼ਖਸ ਉਸੀ ਹਾਤਮੁਨ ਨਬੀਨ ਮੇਂ ਐਸਾ ਗੁੰਮ ਹੋ ਕਿ ਬੇਬਾਸ ਨਿਹਾਇਤ ਇਤਹਾਦ ਔਰ ਨਫੀ ਗੈਰਤ ਕੇ ਇਸੀ ਕਾ ਨਾਮ ਪਾ ਲਿਆ ਹੋ ਔਰ ਸਾਫ ਆਇਨੇ ਕੀ ਤਰ੍ਹਾਂ ਨੌਜ਼ ਬਿੱਲਾ ਲਾਨਤ ਮੇ ਸ਼ੁਮਾਰ ਮਿਰਜ਼ੇ ਕਾਣੇ ਤੇ, ਇਸੀ ਤਰ੍ਹਾਂ ਸਾਫ ਆਇਨੇ ਕੀ ਤਰ੍ਹਾਂ ਮੁਹੰਮਦੀ ਕਾ ਚਿਹਰਾ ਉਸ ਪਰ ਨਕਾਸ ਹੋ ਗਿਆ ਤੋ ਵੋ ਬਗੈਰ ਮੋਹਰ ਤੋੜਨੇ ਕੇ ਨਬੀ ਕਹਿਲਾਏਗਾ, ਕਿਉਂਕਿ ਵੋ ਨੌਜ਼ ਬਿੱਲਾ ਮੁਹੰਮਦ ਹੈ ਗੋਇਆ ਜ਼ਿੱਲੀ ਤੌਰ ਪਰ। ਜੀ ਅਲੀ ਵਾਰਿਸ ਸਾਹਿਬ, ਨਹੀਂ ਤੁਸੀਂ ਤਾਂ ਕਹਿੰਦੇ ਹੋ ਕਿ ਗਲਤ ਹੈ, ਇਹ ਤਾਂ ਬਹੁਤ ਗਲਤ ਹੈ, ਫਿਰ ਪਾਓ ਨਾ ਲਾਨਤ ਕੰਜਰ ਤੇ। ਇਹ ਤਾਂ ਬਹੁਤ ਹੀ ਗਲਤ ਹੈ, ਨਹੀਂ ਤੇ ਫਿਰ ਪਾਓ ਨਾ ਲਾਨਤ ਕੰਜਰ ਤੇ। ਨਹੀਂ ਜੀ, ਬਣਦੀ ਤੁਸੀਂ ਕਹਿੰਦੇ ਹੋ ਸਰ ਜੀ, ਤੁਸੀਂ ਹੁਣ ਤੁਹਾਨੂੰ ਮੈਂ ਤੁਹਾਡੇ ਗੌਰ ਨਾਲ ਦੱਸਾਂ, ਤੁਹਾਨੂੰ ਸੁਣੀਓ ਮੇਰੀ ਗੱਲ, ਪਹਿਲੇ ਆਪਣਾ ਕੀਦਾ ਸਿੱਧਾ ਕਰੋ, ਹੁਣ ਮੁਫਤੀ ਸਾਹਿਬ ਆ ਗਏ ਨੇ ਤੁਸੀਂ। ਅੱਛਾ ਮੈਂ ਇਹ ਕਰਜ਼ ਕਰਾਂ ਤੁਹਾਨੂੰ, ਮੈਂ ਕਦੀ ਵੀ ਉਹਨਾਂ ਨੂੰ ਨਾ ਨਬੀ ਸਮਝਿਆ ਨਾ ਉਹਨਾਂ ਨੂੰ ਮੈਂ ਕਦੀ ਕੋਈ ਉਹ ਸਮਝਿਆ, ਮੈਂ ਪਹਿਲੇ ਇਹ ਗੱਲ ਕਲੀਅਰ ਕਰ ਚੁੱਕਾ। ਮੈਂ ਤੁਹਾਡੀ ਗੱਲ ਦੀ ਤਾਈਦ ਕਰਨਾ, ਲੇਕਿਨ ਜਿਹੜਾ ਤੁਹਾਡਾ ਅਕੀਦਾ ਹਜ਼ਰਤ ਈਸਾ ਅਲੈਹਿ ਸਲਾਮ ਦੇ ਬਾਰੇ 'ਚ ਉਹ ਰੋਂਗ ਹੈ ਥੋੜ੍ਹਾ ਜਿਹਾ। ਹੁਣ ਮੁਫਤੀ ਸਾਹਿਬ ਜਦੋਂ ਤੁਸੀਂ ਜੀ ਕੋਈ ਨਹੀਂ, ਫਿਰ ਕਿਸੇ ਵੇਲੇ ਡਿਸਕਸ ਕਰ ਲਵਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਗੱਲ ਕਲੀਅਰ ਹੋ ਗਈ, ਅੱਛੀ ਗੱਲ ਹੈ। ਸੱਲਮ ਨੇ ਕਿਲਰ ਸਾਹਿਬ ਬਾਤ ਕਲੀਅਰ ਹੋ ਗਈ, ਨੋ ਪ੍ਰੋਬਲਮ। ਅਲੀ ਵਾਰਿਸ ਸਾਹਿਬ ਜਾਂਦੇ ਸੁਣ ਲਈਓ, ਸ਼ਾਇਦ ਭਾਈ ਇੱਕ ਮਿੰਟ ਸਿਰਫ ਯਾਰ ਟਾਈਮ ਦੇ ਦਿਓ ਕਿਸੇ ਨੂੰ। ਅੱਛਾ ਅਲੀ ਵਾਰਿਸ ਭਾਈ, ਆਪ ਜੋ ਹੈ ਹਦੀਸੋਂ ਕੋ ਮਾਨਤੇ ਹੈ? ਯਾਰ ਦੇਖੇ, ਇਹ ਲੰਬੀ ਬਹਿਸ ਹੈ, ਮੈਂ ਇਸ ਲਈ ਲਾਨਤ ਪਾਉਣਾ ਉਹ ਮੈਂ ਪਵਾ ਉਹ ਬਿਲਕੁਲ ਪੈ ਗਈ। ਇੱਕ ਮਿੰਟ ਹੁਣ ਠਹਿਰ, ਜੋ ਪੈ ਗਈ ਹੈ ਜੀ ਜਨਾਬ, ਆਪ ਹਦੀਸੋਂ ਕੋ ਮਾਨਤੇ ਹੈਂ? ਜੀ ਜੀ ਬਿਲਕੁਲ, ਕਾਦਿਆਨੀ ਨਹੀਂ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਇਹਨਾਂ ਨੂੰ, ਭਾਈ ਹੋਰਾਂ ਨੂੰ। ਕਾਸਮ ਭਾਈ ਦੇ ਸਵਾਲ ਦਾ ਜਵਾਬ ਦਿਓ। ਜੀ ਜੀ ਸ਼ਾਹਿਦ ਭਾਈ ਨਾ ਆਪਣੀ ਉਹਨਾਂ ਦੀ ਇੱਕ ਸਾਹਿਬ ਸਾਹਿਬ ਤੇ ਉਹ ਨਾ ਤੁਹਾਨੂੰ ਸਮਝ ਗਏ ਨੇ, ਉਹ ਕਾਸਮ ਸਾਹਿਬ ਕਿਲਰ ਸਾਹਿਬ, ਉਹਨਾਂ ਨਾਲ ਗੱਲ ਕਰੋ ਜੀ। ਕਿਲਰ ਸਾਹਿਬ ਹੁਕਮ ਕਰੋ ਜੀ। ਜੀ ਵਾਰਿਸ ਭਾਈ, ਤੁਸੀਂ ਅੱਗੇ ਗੱਲ ਕੀਤੀ ਹੈ, ਜਿਹੜਾ ਬੰਦਾ ਹਦੀਸਾਂ ਨੂੰ ਨਹੀਂ ਮੰਨਦਾ ਕੀ ਉਹ ਕਾਫਰ ਹੋ ਜਾਂਦਾ ਜੀ? ਬਿਲਕੁਲ ਇੰਝ ਗੱਲ ਹੈ ਜੀ। ਇਹ ਤਾਂ ਕੋਈ ਮੁਫਤੀ ਸਾਹਿਬ ਦੱਸਣਗੇ ਨਾ ਕਿ ਇੱਕ ਬੰਦਾ ਕੁਰਾਨ ਨੂੰ ਮੰਨਦਾ, ਨਬੀ ਨੂੰ ਮੰਨਦਾ, ਠੀਕ ਹੈ ਸਰ। ਸਰ ਇੱਕ ਮਿੰਟ ਜੀ ਜਨਾਬ, ਤੁਸੀਂ ਆਪ ਅੱਗੇ ਕਿਹਾ ਵੇ ਕਿ ਕਿਆ ਜਿਹੜਾ ਬੰਦਾ ਜਿਹੜਾ ਹਦੀਸਾਂ ਨੂੰ ਨਹੀਂ ਮੰਨਦਾ ਕਾਫਰ ਹੋ ਜਾਂਦਾ, ਉਹਨੂੰ ਤੁਸੀਂ ਕੀ ਬੋਲ ਸਕਦੇ ਹੋ ਕਾਫਰ? ਕੀ ਤੁਸੀਂ ਉਹਨੂੰ ਮੁਸਲਮਾਨ ਮੰਨਦੇ ਹੋ? ਜੀ ਬਿਲਕੁਲ,
ਬਿਲਕੁਲ ਮੁਸਲਮਾਨ ਬਿਲਕੁਲ। ਅੱਛਾ ਹੁਣ ਮੈਂ ਜਿਹੜਾ ਮਾਇਕ ਆ ਜੀ ਆਪਣੇ ਗੱਲ ਪੂਰੀ ਸੁਣ ਲਓ, ਗੱਲ ਥੋੜੀ ਜਿਹੀ ਪੂਰੀ ਸੁਣ ਲਓ। ਗੱਲ ਹੈ ਵੀ ਬਿਲਕੁਲ ਸੁਣਿਆ, ਗੱਲ ਹੈ ਵੀ ਕਿ ਜਿਹੜੀਆਂ ਅਹਾਦੀਸ ਦੀਆਂ ਕੁਤਬ ਨੇ ਨਾ, ਉਹ ਸਾਰੀਆਂ ਜਿਹੜੀਆਂ ਅਗਰ ਕੋਈ ਕਹਿੰਦਾ ਹੈ ਨਾ ਕਿ ਉਹ ਸਾਰੀਆਂ ਹੀ ਗਲਤ ਨੇ, ਤੇ ਇਹ ਗਲਤ ਹੈ, ਇਹ ਵੀ ਗਲਤ ਹੈ। ਠੀਕ ਹੈ, ਮੇਰਾ ਇਹ ਮੌਕਫ ਹੈ ਕਿ ਅਹਾਦੀਸ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ 6 ਨੇ, ਉਹਨਾਂ ਦੇ ਵਿੱਚੋਂ ਜਿਹੜੀਆਂ ਅਹਾਦੀਸ ਦੀ ਤਾਦਾਦ ਹੈ ਉਹ ਇਤਨੀ ਜ਼ਿਆਦਾ ਹੈ ਕਿ ਉਹ ਅੱਜ ਕੱਲ੍ਹ ਵੇਖੋ, ਹੁਣ ਮੇਰੀ ਗੱਲ ਸੁਣੋ, ਹੁਣ 1919 ਨਹੀਂ ਹੈ ਮੇਰਾ ਵੀਰ, ਇਹ ਨਿਆ ਜਦੀਦ ਦੌਰ ਹੈ, ਇਹਦੇ ਵਿੱਚ ਹਰ ਚੀਜ਼ ਦੀ ਤਕਰੀਬਨ ਛਾਣ ਪਟਕ ਹੋ ਜਾਂਦੀ ਹੈ। ਹੁਣ ਹੁਣ ਜਿਹੜਾ ਨਾ ਉਹ ਪਹਿਲੇ ਜਿਹੜੇ ਮੰਜਣ ਵਿਕਦੇ ਸਨ ਨਾ ਅੱਜ ਤੋਂ ਕੋਈ 100 ਸਾਲ ਪਹਿਲੇ, ਐਸਤਾ 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 ਉਹ ਬੰਦ ਹੁੰਦੇ ਜਾਂਦੇ। ਠੀਕ ਹੋ ਗਿਆ, ਹੁਣ ਮਸਲਾ ਇਹ ਹੈ ਕਿ ਜਿਹੜੀ ਅਹਾਦੀਸ ਦੀ ਤਾਦਾਦ ਦੇ ਉਹ ਇਤਨੀ ਜ਼ਿਆਦਾ ਹੈ, ਮੁਫਤੀ ਸਾਹਿਬ ਵੀ ਸ਼ਾਇਦ ਇਸ ਗੱਲ ਦੇ ਨਾਲ ਐਗਰੀ ਕਰਨ ਕਿ ਅਹਾਦੀਸ ਦੀ ਤਾਦਾਦ ਇਤਨੀ ਜ਼ਿਆਦਾ ਹੈ ਲੱਖਾਂ ਦੇ ਵਿੱਚ ਕਿ ਅਗਰ ਇੱਕ ਆਮ ਇਨਸਾਨ ਜਿਹੜਾ ਹੈ ਉਹ ਇੰਨੇ ਅਲਫਾਜ਼ ਅਦਾ ਕਰੇ ਤਾਂ ਉਹਦੀ ਕੋਈ 400 ਸਾਲ ਉਮਰ ਹੋਣੀ ਚਾਹੀਦੀ, ਤਾਂ ਫਿਰ ਜਾ ਕੇ ਉਹ ਇਹ ਅਹਾਦੀਸ ਜਿਹੜੀਆਂ ਨੇ ਨਾ ਉਹ ਪੂਰੀਆਂ ਹੁੰਦੀਆਂ ਨੇ। ਜਦਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਰ ਜਿਹੜੀ ਸੀ ਉਹ 62-63 ਸਾਲ ਸੀ, ਕੋਈ 62 ਆਉਂਦੇ ਨੇ, ਕੋਈ 63 ਆਉਂਦੇ ਨੇ ਵਗੈਰਾ, ਚਲੋ ਕੋਈ ਨਹੀਂ, 62 ਹੋਇਆ ਜਾਂ 63 ਹੋਇਆ। ਅੱਛਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਦੌਰ ਦੇ ਵਿੱਚ 62 ਸਾਲ ਦੇ ਵਿੱਚ ਇੱਕ ਬੰਦਾ ਜਿਹੜਾ ਹੈ ਉਹ ਕਿੰਨੇ ਕੁ ਜਿਹੜਾ ਹੈ ਨਾ ਮਤਲਬ ਅਲਫਾਜ਼ ਅਦਾ ਕਰ ਸਕਦਾ ਹੈ, ਉਹ ਤੁਹਾਨੂੰ ਇਸ ਦੌਰ ਦੇ ਵਿੱਚ ਬੜੀ ਆਸਾਨੀ ਨਾਲ ਪਤਾ ਲੱਗ ਸਕਦਾ, ਨੰਬਰ 1। ਦੂਸਰੀ ਬਾਤ ਇਹ ਹੈ ਕਿ ਜਿਹੜਾ ਝੂਠ ਹੁੰਦਾ ਹੈ ਨਾ ਉਹ ਕਦੀ ਵੀ ਇਕੱਲਾ ਨਹੀਂ ਵਿਕਦਾ ਹੈਗਾ, ਝੂਠ ਜਿਹੜਾ ਉਹ ਸੱਚ ਦੇ ਨਾਲ ਮਿਲਾ। ਤੁਸੀਂ ਇੰਨੀਆਂ ਗੱਲਾਂ ਕਰਦੇ ਹੋ ਪਏ ਤੇ ਹੁਣ ਸਾਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ ਕਿ ਤੁਹਾਡੀਆਂ ਗੱਲਾਂ ਤੁਸੀਂ ਪਤਾ ਨਹੀਂ ਕਿਹੜੀਆਂ ਹਵਾਈ ਗੱਲਾਂ ਕਰਦੇ ਹੋ ਪਏ, ਜਾਂ ਤੇ ਇੱਕ ਗੱਲ ਕਰ ਲਓ ਉਹਦਾ ਜਵਾਬ ਲੈ ਲਵੋ ਤੇ ਫਿਰ ਅਗਲੀ ਗੱਲ ਕਰ ਲਿਆ ਜੇ, ਤੇ ਜੇ ਤੇ ਤੁਸੀਂ ਮਤਲਬ ਆਪਣੀਆਂ ਹੀ ਗੱਲਾਂ ਸੁਣਾਉਣੀਆਂ ਨੇ ਤੇ ਉਹ ਵੀ ਦੱਸ ਦਿਓ, ਉਂਝ ਵੀ ਕਰ ਲੈਂਦੇ ਹਾਂ ਤੇ ਬਾਈ ਮੈਂ ਨਾ ਕੋਈ ਅੱਧਾ ਘੰਟਾ ਬਹਿ ਕੇ ਆਪਣੀਆਂ ਗੱਲਾਂ ਸੁਣਾਉਣੀਆਂ ਨੇ ਤੇ ਠੀਕ ਹੈ, ਫਿਰ ਵੀ ਠੀਕ ਹੈ, ਸਾਨੂੰ ਪਤਾ ਇੰਤਜ਼ਾਰ ਰਹੇਗਾ ਕਿ ਬਾਈ ਇਹਨਾਂ ਦੀ ਅੱਧੇ ਘੰਟੇ ਦੇ ਵਿੱਚ ਗੱਲਾਂ ਮੁੱਕਣੀਆਂ ਨੇ, ਤੇ ਜੇ ਤੇ ਜੋ ਕੁਝ ਤੁਸੀਂ ਇਤਰਾਜ਼ਾਤ ਕਰ ਰਹੇ ਹੋ ਇਹਨਾਂ ਦੇ ਲੈਣੇ ਜੇ ਜਵਾਬ ਤੇ ਫਿਰ ਸਾਨੂੰ ਵੀ ਮੌਕਾ ਦੇਣਾ ਪਏਗਾ। ਮੇਰਾ ਇਹ ਮੌਕਫ ਹੈ, ਮੇਰਾ ਇਹ ਖਿਆਲ ਹੈ, ਮੈਂ ਇਹ ਸਮਝਣਾ ਠੀਕ ਹੈ ਕਿ ਜਿਹੜੀਆਂ ਇਹ ਅਹਾਦੀਸ ਦੀਆਂ ਕਿਤਾਬਾਂ ਜਿਸ ਦਿਨ ਮਾਰਕੀਟ ਦੇ ਵਿੱਚ ਆਈਆਂ ਨੇ ਉਸ ਦਿਨ ਤੋਂ ਬਾਅਦ ਮੁਸਲਮਾਨ ਜਿਹੜਾ ਹੈ ਨਾ ਉਹ ਆਪਦੇ ਪੈਰਾਂ ਦੇ ਉੱਤੇ ਖੜਾ ਨਹੀਂ ਹੋ ਸਕਿਆ। ਇਸ ਗੱਲ ਨੂੰ ਕੋਈ ਮੰਨੇ ਜਾਂ ਨਾ ਮੰਨੇ, ਲੇਕਿਨ ਕੜਵਾ ਸੱਚ ਜਿਹੜਾ ਉਹ ਇਹ ਹੀ ਹੈ। ਠੀਕ ਹੈ, ਇਹ ਜਿਹੜੀਆਂ ਅਹਾਦੀਸ ਦੀਆਂ ਕਿਤਾਬਾਂ ਨੇ ਇਹ ਤਕਰੀਬਨ ਨਬੀ ਪਾਕ ਤੋਂ 250-300-400 ਸਾਲ ਬਾਅਦ ਲਿਖੀਆਂ ਗਈਆਂ ਨੇ। ਠੀਕ ਹੈ, ਸਾਡੇ ਕੋਲ ਮੁਸਲਮਾਨ ਦੇ ਕੋਲ ਜਿਹੜਾ ਕੁਰਾਨੇ ਪਾ ਕੇ ਇਹੋ ਹੀ ਸਾਡੇ ਕੋਲ ਜਿਹੜਾ ਨਾ ਇੱਕ ਅਥੈਂਟਿਕ ਚੀਜ਼ ਹੈ ਜਿਹਦੇ ਜ਼ੇਰ ਜ਼ਬਰ ਦੇ ਵਿੱਚ ਕੋਈ ਗਲਤੀ ਨਹੀਂ ਗੀ ਹੈਗੀ। ਬਾਕੀ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ ਨੇ ਉਹ ਸਭ ਇਨਸਾਨੀ ਨੇ, ਉਹਨਾਂ ਦੇ ਵਿੱਚ ਗਲਤੀ ਦੀ ਗੁੰਜਾਇਸ਼ ਮੌਜੂਦ ਹੈ ਔਰ ਬਹੁਤ ਜ਼ਿਆਦਾ ਮੌਜੂਦ ਹੈ। ਔਰ ਜਿਹੜੀ ਕਿਤਾਬ ਇੱਕ ਵਾਕਿਆ ਹੋ ਜਾਂਦਾ ਹੈ ਔਰ ਉਸ ਵਾਕਿਆ ਤੋਂ ਬਾਅਦ 400 ਸਾਲ ਬਾਅਦ ਜਿਹੜੀ ਕਿਤਾਬ ਲਿਖੀ ਜਾਂਦੀ ਹੈ, ਸੁਣਨ ਵਾਲੇ ਜੇ ਕੋਈ ਅਕਲ ਉਹਦੇ ਵਿੱਚ ਗਲਤੀ ਦੀ ਗੁੰਜਾਇਸ਼ ਮੌਜੂਦ ਹੁੰਦੀ ਹੈ। ਠੀਕ ਹੈ, ਲਿਹਾਜ਼ਾ ਜਿਹੜਾ ਉਹਨਾਂ ਕਿਤਾਬਾਂ ਦੇ ਉੱਤੇ ਇਮਾਨ ਨਹੀਂ ਰੱਖਦਾ ਜਾਂ ਉਹਨਾਂ ਨੂੰ 100% ਸੱਚਾ ਨਹੀਂ ਸਮਝਦਾ ਉਹ ਕਾਫਰ ਅਸੀਂ ਨਹੀਂ ਕਹਿ ਸਕਦੇ, ਮੈਂ ਤਾਂ ਨਹੀਂ ਕਾਫਰ ਕਹਿ ਸਕਦਾ, ਬਾਕੀ ਮੁਫਤੀ ਸਾਹਿਬ ਦੱਸਣਗੇ ਕਿਸ ਤਰ੍ਹਾਂ ਉਹ ਕਾਫਰ। ਜੀ ਜੀ ਅੱਛਾ ਮੋਹਤਰਮ, ਤੁਸੀਂ ਪਤਾ ਨਹੀਂ ਕਿਹੜੀ ਹਵਾਈ ਗੱਲਾਂ ਕਰਦੇ ਹੋ ਪਏ ਜਿਹੜੀਆਂ ਨਾ ਕਦੀ ਸੁਣੀਆਂ ਤੇ ਨਾ ਕਦੀ
ਸਾਡੇ ਬਾਪ ਦਾਦਾ ਨੇ ਸੁਣੀਆਂ, ਇਹ ਸੱਚ ਨੇ ਨਾ, ਉਹ ਲੋਕ ਹੁਣ ਸੱਚ ਬੋਲਣਗੇ, ਐਸੀ ਗੱਲ ਨਹੀਂ ਗੀ ਹੈਗੀ। ਸਬਰ ਦੇ ਨਾਲ ਸੁਣਨ ਦਾ ਵੀ ਜਿਹੜਾ ਨਾ ਉਹ ਕਲੇਜਾ ਰੱਖੋ ਤੇ ਤੁਹਾਡੀ ਗੱਲ ਸੁਣੀਏ ਨਾ ਅਸੀਂ। ਤੁਸੀਂ ਜਿੰਨਾ ਟਾਈਮ ਕਿਹਾ ਸੀ ਓਨਾ ਟਾਈਮ ਹੀ ਤੁਹਾਨੂੰ ਮਿਲਿਆ। ਜੀ ਜੀ ਬੋਲੋ, ਮੈਂ ਸੁਣ ਰਿਹਾ, ਮੈਂ ਮਿਊਟ ਕਰ ਰਿਹਾ, ਬੋਲੋ। ਨਹੀਂ ਤੁਸੀਂ ਮਿਊਟ ਨਹੀਂ ਕਰਨਾ, ਮੈਨੂੰ ਲੱਗ ਗਿਆ ਪਤਾ ਤੁਸੀਂ ਵਿੱਚ ਬੋਲਣਾ, ਤੁਸੀਂ ਨਹੀਂ ਗੱਲ ਕਰਨ ਦੇਣੀ ਹੁਣ। ਅੱਛਾ ਗੁਜ਼ਾਰਿਸ਼ ਹੈ ਵੇ ਕਿ ਜੇ ਤੁਹਾਡੇ ਬਾਰੇ ਤੇ ਤੁਹਾਡੇ ਹਮ ਜ਼ੇਨ ਦੇ ਬਾਰੇ ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਪਹਿਲੇ ਹੀ ਖਬਰਦਾਰ ਕਰ ਦਿੱਤਾ ਸੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਹੈ, ਗਾਲਬਨ ਮੁਸਲਮ ਸ਼ਰੀਫ ਦੇ ਮੁਕੱਦਮੇ ਦੇ ਵਿੱਚ 16 ਨੰਬਰ ਹਦੀਸ ਹੈ, ਜਾਂ 16ਵੇਂ ਜਾਂ 17ਵੇਂ, ਬਹਰਹਾਲ ਰਾਊਂਡ ਬੋਰਡ ਇੰਨਾ ਕੋਈ ਇਹਦਾ ਨੰਬਰ ਹੈ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਕੁਝ ਐਸੇ ਦਜਾਲ ਤੇ ਕਜ਼ਾਬ ਜ਼ਾਹਰ ਹੋਣਗੇ ਕਿ ਐਸੀਆਂ ਐਸੀਆਂ ਗੱਲਾਂ ਤੁਹਾਨੂੰ ਸੁਣਾਉਣਗੇ ਜਿਹੜੀਆਂ ਨਾ ਹੀ ਤੁਸਾਂ ਸੁਣੀਆਂ ਹੋਣਗੀਆਂ, ਨਾ ਤੁਹਾਡੇ ਬਾਪ ਦਾਦਿਆਂ ਨੇ ਕਦੀ ਸੁਣੀਆਂ ਹੋਣਗੀਆਂ। ਉਹ ਖੁਦ ਵੀ ਗੁੰਮਰਾਹ ਹੋਣਗੇ, ਉਹ ਦੂਜਿਆਂ ਨੂੰ ਗੁੰਮਰਾਹ ਕਰਨਗੇ, ਤੇ ਉਹਨਾਂ ਕੋਲ ਬਚ ਕੇ ਰਹੀਓ। ਇਹ ਬੰਦੇ ਬੜੇ ਖਤਰਨਾਕ ਨੇ। ਇਹ ਤੁਹਾਡੇ ਬਾਰੇ ਤੇ ਪਹਿਲੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਪਹਿਲੇ ਦੱਸ ਛੱਡਿਆ, ਸਾਡੇ ਵਾਸਤੇ ਕੋਈ ਗੱਲ ਨਵੀਂ ਗੱਲ ਨਹੀਂ। ਹੁਣ ਵੇਖੋ, ਅਸੀਂ ਇੱਕ ਆਲਿਮ ਤੇ ਮੁਫਤੀ ਆਦਮੀ ਹਾਂ, ਕੋਈ 10 ਸਾਲ ਮੈਂ ਕਿਤਾਬਾਂ ਪੜ੍ਹੀਆਂ ਨੇ, ਸਬਕ ਪੜ੍ਹੇ ਹੈ, ਤੇ ਅੱਗੋਂ ਅਗਲੀ ਜ਼ਿੰਦਗੀ ਮੇਰੀ ਪੜ੍ਹਾਉਂਦਿਆਂ ਗੁਜ਼ਰ ਗਈ ਹੈ, ਤੇ ਅੱਜ ਤੱਕ ਜਿਹੜੀ ਨਾ ਹੀ ਅਸੀਂ ਕਿਸੇ ਕਿਤਾਬ 'ਚ ਪੜ੍ਹੀ ਸੀ, ਨਾ ਹੀ ਕਿਸੇ ਆਲਮੇ ਦੀਨ ਕੋਲੋਂ ਸੁਣੀ ਸੀ, ਉਹ ਗੱਲਾਂ ਮੈਂ ਤੁਹਾਡੇ ਕੋਲ ਸੁਣਦਾ ਜੇ ਪਿਆ। ਹੁਣ ਦੱਸੋ, ਮੁਖਬਿਰੇ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਪਹਿਲੇ ਹੀ ਫਰਮਾ ਦਿੱਤਾ ਸੀ ਐਸੇ ਹੋਏਗਾ, ਇਹਦਾ ਹੱਲ ਕੀ ਨਿਕਲੇਗਾ? ਗੱਲ ਐ ਵੇ ਕਿ ਜੇ ਤੁਸਾਂ ਨਾ ਹੋਣਾ ਹੁੰਦਾ ਤੇ ਹਜ਼ੂਰ ਅਲੈਹਿ ਸਲਾਤੋ ਸਲਾਮ ਨੇ ਇਹ ਗੱਲ ਫਰਮਾਣੀ ਨਹੀਂ ਸੀ, ਇਹ ਇਰਸ਼ਾਦ ਫਰਮਾਣਾ ਹੀ ਨਹੀਂ ਸੀ, ਇਹ ਹੋਣਾ ਹੀ ਹੋਣਾ ਸੀ। ਇਹ ਮੁਖਬਿਰੇ ਸਾਦਕ ਨਬੀਏ ਗੈਬ ਦਾ ਹਜ਼ੂਰ ਖਾਤਮੁਨ ਨਬੀਨ ਸੱਲੱਲਾਹੁ ਅਲੈਹਿ ਵਸੱਲਮ ਉਹ ਸਭ ਕੁਝ ਵੇਖ ਰਹੇ ਸਨ, ਉਹ ਗੈਬ ਦਾ ਇਲਮ ਰੱਖਦੇ ਸਨ, ਉਹਨਾਂ ਨੂੰ ਪਤਾ ਸੀ ਇੰਜ ਹੋਣਾ ਹੈ। ਉਹਨਾਂ ਨੇ ਪਹਿਲੇ ਹੀ ਇਰਸ਼ਾਦ ਫਰਮਾ ਦਿੱਤਾ ਕਿ ਇੰਜ ਦੇ ਲੋਕ ਆਉਣੇ ਨੇ, ਕੋਈ ਅਲੀ ਵਾਰਸ ਦੇ ਰੰਗ ਦੇ ਵਿੱਚ ਆਏਗਾ, ਤੇ ਕੋਈ ਮਿਰਜ਼ਾ ਜੂਨੀਅਰ ਜੇਲਮੀ ਦੇ ਰੰਗ 'ਚ ਆਏਗਾ, ਕੋਈ ਮਿਰਜ਼ਾ ਸੀਨੀਅਰ ਗੁਲਾਮ ਕਾਦੀਆਨੀ ਦੇ ਰੰਗ 'ਚ ਆਏਗਾ। ਇੰਜ ਦੇ ਹੋਣੇ ਨੇ, ਇੰਜ ਐਸੀਆਂ ਗੱਲਾਂ ਤੁਹਾਨੂੰ ਸੁਣਾਉਣਗੇ ਜਿਹੜੀਆਂ ਨਾ ਤੁਸਾਂ ਸੁਣੀਆਂ ਹੋਣਗੀਆਂ, ਨਾ ਤੁਹਾਡੇ ਬਾਪ ਦਾਦਾ ਨੇ ਕਦੀ ਸੁਣੀਆਂ ਹੋਣਗੀਆਂ। ਜਿੱਥੋਂ ਤੱਕ ਤੱਲਕ ਹੈ ਤੁਹਾਡਾ ਜੀ, ਬਕਾਇਆ ਤੇ ਤੁਸਾਂ ਸਾਰੀਆਂ ਕਹਾਣੀਆਂ ਹੀ ਸੁਣਾਈਆਂ ਨੇ, ਉਹਦਾ ਨਾ ਹੀ ਕੋਈ 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 ਰਬਤ ਹੈ ਤੁਹਾਡੀ ਗੁਫ਼ਤਗੂ ਦੇ ਵਿੱਚ, ਨਾ ਕੋਈ ਸਿਆਕ ਸਬਾਕ ਦਾ ਤੁਸਾਂ ਖਿਆਲ ਰੱਖਿਆ ਹੈ, ਪਤਾ ਨਹੀਂ ਕਿੱਥੋਂ ਫੜ ਫੜ ਕੇ ਲੈ ਆਏ ਹੋ, ਤੇ ਉਹਦਾ ਕੀ ਜਵਾਬ ਮੈਂ ਦਿਆਂ? ਤਾਂ ਤੁਹਾਨੂੰ ਕਿਹਾ ਸੀ ਤੁਸੀਂ ਇੰਨੀਆਂ ਗੱਲਾਂ ਸੁਣਾਉਂਦੇ ਹੋ ਕਿ ਸਾਨੂੰ ਕੋਈ ਇੱਕ ਗੱਲ ਦੱਸ ਦਿਓ ਤਾਂ ਕਿ ਉਹਦਾ ਜਵਾਬ ਦਿੱਤਾ ਜਾਏ, ਉਹਦੇ ਉੱਤੇ ਗੱਲ ਕਰ ਲਈ ਜਾਏ। ਉਹ ਗੱਲਾਂ ਹੀ ਤੁਸੀਂ ਆਪਣੀ ਰੋਹ ਦੇ ਵਿੱਚ ਇੰਨੀਆਂ ਗੱਲਾਂ ਕਰ ਗਏ, ਉਹ ਕੋਈ ਮਾਸ਼ਾਅੱਲਾ ਸਮਝ ਨਹੀਂ ਆਈ ਕਿ ਤੁਸੀਂ ਕੀਤਾ ਕੀ। ਅੱਛਾ, ਹਦੀਸ ਅਗਰ ਕਾਬਲੇ ਏਤਬਾਰ ਨਹੀਂ ਔਰ ਕਾਬਲੇ ਕਬੂਲ ਨਹੀਂ, ਤੋ ਯੇ ਜਨਾਬ 1400 ਸਾਲ ਤਕਰੀਬਨ ਹੋ ਗਏ, 1400 ਸਾਲ ਸੇ ਜ਼ਿਆਦਾ, ਕਈ ਅਰਸਾ ਹੋ ਗਿਆ, 1400 ਸਾਲ ਸੇ ਜ਼ਿਆਦਾ ਕਰਸਾ ਹੋ ਗਿਆ, ਔਰ ਅਭੀ ਸੇ ਲੈ ਕੇ ਸਿਰਫ 100 ਸਾਲ ਪਿੱਛੇ ਚਲੇ ਜੇ,
इस 100 साल से पीछे आपको कोई मुनकर हदीस नजर नहीं आएगा, हो मुसलमान और कोई मुनकर हदीस हो है नहीं। और 100 साल के अंदर भी इनकार हदीस करने वाले लोगों की जो तादाद है ना, वो आटे में नमक के बराबर है, आटे में नमक के बराबर, टावे टावे 2, 4, 5, 10 बस, ज्यादा नहीं। वो सारी दुनिया बेवकूफ सी, सियाने ब्याने सिर्फ तुसी बच गए 2-4 हां जी। वो जेड़ा 13 सदियां दे विच उलमा इकराम गुजरे लखां दे करोड़ां दी तादाद दे विच, उन्हां चो किसे एक ने हदीस दा इनकार कीता कोई ना, ते 2-4 बस तुहानू ही सुझी है, हां जी। तुसी सारयां नू अपने ਆਪਣੇ ਆਪ ਨੂੰ ਸਿਆਣਾ ਸਮਝਦੇ, ਦੂਜੇ ਸਾਰੇ ਫਾਰਗ ਸਨ ਬਿਲਕੁਲ, ਹੈਂਜੀ। ਤੇ ਬਕਾਇਆ ਕਿਹੜੀ ਗੱਲ ਦਾ ਕੋਈ ਜਵਾਬ ਦਿੱਤਾ ਜਾਏ, ਕੋਈ ਇੱਕ ਠੋਸ ਕਿਸਮ ਦੀ ਕੋਈ ਚੀਜ਼ ਲੈ ਕੇ ਆਓ ਜਿਹਦਾ ਫਿਰ ਜਵਾਬ ਦਿੱਤਾ ਜਾਏ। ਤੁਸੀਂ ਤੇ ਕੁਰਾਨ ਦੀ ਗੱਲ ਕਰਦੇ ਹੋ ਤੇ ਕੁਰਾਨ ਦੇ ਉੱਤੇ ਤੇ ਤੁਸੀਂ ਆਮਿਲ ਹੈ ਹੀ ਨਹੀਂ। ਅੱਲਾਹ ਕੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਹਦੀਸਾਂ ਦੇ ਬਾਰੇ ਕੁਰਾਨ ਦੇ ਵਿੱਚ ਕਈ ਸ਼ਵਾਹਿਦ ਮੌਜੂਦ ਨੇ, ਜਿਹਦੇ ਚੋਂ ਇੱਕ ਬੜੀ ਮਸ਼ਹੂਰ ਇਹ ਕੁਰਾਨ ਦੀ ਆਇਤ ਹੈ, ਅਤੀ ਉੱਲਾਹ ਵ ਅਤੀ ਉਰ ਰਸੂਲ, ਅੱਲਾਹ ਦੀ ਇਤਾਤ ਕਰੋ ਤੇ ਅੱਲਾਹ ਦੇ ਰਸੂਲ ਦੀ ਇਤਾਤ ਕਰੋ। ਅੱਲਾਹ ਦੀ ਇਤਾਤ ਤੇ ਕੁਰਾਨ ਪਾਕ ਦੇ ਪੜ੍ਹਨ ਦੇ ਨਾਲ ਹੋ ਜਾਂਦੀ ਹੈ, ਤੇ ਰਸੂਲ ਦੀ ਇਤਾਤ ਤੇ ਉਦੋਂ ਹੀ ਹੋਏਗੀ ਨਾ ਕਿ ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਅਮਲ ਸਾਡੇ ਤੱਕ ਪਹੁੰਚੇਗਾ, ਉਹ ਹਦੀਸਾਂ ਦੀ ਸੂਰਤ ਚ। ਬਸੂਰਤ ਜ਼ਿਕਰ ਕਿੰਝ ਇਤਾਤ ਹੋ ਸਕਦੀ ਹੈ, ਹੱਤਾ ਕਿ ਤੁਸੀਂ ਨਮਾਜ਼ ਤੱਕ ਪੜ੍ਹਦੇ ਹੋ, ਉਹ ਨਮਾਜ਼ ਦਾ ਤਰੀਕਾ ਜਿਹੜਾ ਵੇ ਉਹ ਹਦੀਸਾਂ ਦੇ ਵਿੱਚ ਵੇ, ਉਹ ਤੇ ਕੁਰਾਨ ਦੇ ਵਿੱਚ ਤੇ ਕੋਈ ਨਹੀਂ। ਕੁਰਾਨ ਨੇ ਤੇ ਸਿਰਫ ਇੰਨਾ ਕਿਹਾ ਸੀ ਕਿ ਨਮਾਜ਼ ਪੜ੍ਹੋ ਬਈ, ਨਮਾਜ਼ ਪੜ੍ਹਨੀ, ਨਮਾਜ਼ ਦਾ ਤਰੀਕਾ ਤੇ ਦੱਸਿਆ ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ। ਰਹੀ ਗੱਲ ਨਮਾਜ਼ ਪੜ੍ਹਨ ਤੋਂ ਪਹਿਲੇ ਵੁਜ਼ੂ ਕਰੀਦਾ, ਵੁਜ਼ੂ ਤੇ ਕੁਰਾਨ ਨੇ ਫਰਜ਼ ਕੀਤਾ ਹੈ, ਲੇਕਿਨ ਉਹਦਾ ਸਹੀ ਤੌਰ ਤੇ ਸੁਨਤ ਦੇ ਮੁਤਾਬਕ ਤਰੀਕਾ ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਇੰਜ ਕਰਨਾ। ਹੋਰ ਬੜੀਆਂ ਚੀਜ਼ਾਂ, ਬੜੀਆਂ ਚੀਜ਼ਾਂ, ਰੋਜ਼ੇ ਦੇ ਕਈ ਮਸਾਇਲ ਨੇ, ਹੱਜ ਦੇ ਮਸਾਇਲ ਨੇ, ਜ਼ਕਾਤ ਦੇ ਮਸਾਇਲ ਨੇ, ਕੁਰਾਨ ਨੇ ਤੇ ਇਹ ਚੀਜ਼ਾਂ ਸਿਰਫ ਫਰਜ਼ ਕੀਤੀਆਂ ਨੇ ਬਸ, ਜਾ ਕੇ ਰੋਜ਼ਾ ਰੱਖੋ, ਹੱਜ ਅਦਾ ਕਰੋ, ਜ਼ਕਾਤ ਅਦਾ ਕਰੋ, ਲੇਕਿਨ ਉਹਦੇ ਤਰੀਕੇਕਾਰ ਤੇ ਹਜ਼ੂਰ ਨੇ ਫਰਮਾਏ ਨੇ, ਉਹ ਸਭ ਹਦੀਸਾਂ ਦੇ ਵਿੱਚ ਨੇ। ਕੁਰਾਨ ਨੇ ਸਿਰਫ ਇੰਨਾ ਕਿ ਨਿਕਾਹ ਕਰੋ, ਉਹ ਬਈ ਨਿਕਾਹ ਦਾ ਤਰੀਕਾ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਅਮਲੀ ਜ਼ਿੰਦਗੀ ਨੇ ਬਤਾਇਆ ਔਰ ਹਜ਼ੂਰ ਦੀ ਅਹਾਦੀਸ ਨੇ ਬਤਾਇਆ। ਜੀ ਮੈਂ ਅਰਜ਼ ਕਰਾਂ ਥੋੜਾ ਜਿਹਾ ਵਿੱਚੋਂ ਜੇ ਇਜਾਜ਼ਤ ਹੋਵੇ। ਇੱਕ ਮਿੰਟ ਜੀ ਭਾਈ, ਇੱਕ ਮਿੰਟ। ਉਸਤਾਦ ਮੁਹਤਰਮ, ਇਹਨਾਂ ਨਿਆਣੇ ਸਾਰੇ ਇੱਕ ਸਵਾਲ ਕੀਤਾ, ਇਹਨਾਂ ਨੇ ਕਿਹਾ ਜੀ ਕਿ ਮੁਸਲਮਾਨ ਜਿਹੜਾ ਕਲਮਾ ਪੜ੍ਹਨਾ ਉਸ ਦੀ ਤੁਸੀਂ ਮੁਸਲਮਾਨ ਮੁਸਲਮਾਨੀਅਤ ਤੋਂ ਖਾਰਜ ਨਹੀਂ ਕਰ ਸਕਦੇ ਹੋ, ਬਸ ਇਹਨਾਂ ਕੋਲ ਇਹ ਪੁੱਛਣਾ ਹੈ। ਜੀ ਜੀ ਇੱਕ ਮਿੰਟ, ਉਹ ਮੈਂ ਪਹਿਲੇ ਹੀ ਦੱਸ ਛੜਿਆ, ਮੈਂ ਬੰਦੇ ਦੀ ਗੁਫ਼ਤਗੂ ਸੁਣ ਕੇ ਹੀ ਤੁਹਾਨੂੰ ਨਤੀਜਾ ਦੱਸ ਛੜਿਆ ਹੈ ਕਿ ਬੰਦਾ ਹਿੱਲਿਆ ਜੇ ਆਵੇ ਇਹਨੂੰ ਕੁਝ ਵੀ ਨਹੀਂ ਪਤਾ, ਹੀ ਕੁਝ ਨਹੀਂ ਹੈ ਕਿ ਉਹ ਵਿਚਾਰਾ ਕਿੱਧਰ ਆ ਗਿਆ, ਕੋਈ ਹਿਸਾਬਤਾ ਵੀ ਨਹੀਂ, ਉਹ ਸਮਝ ਹੀ ਕੋ ਨਹੀਂ। ਮਤਲਬ ਇਹ ਉਹ ਬੰਦੇ ਜੇ ਕਿ ਕਰੋੜਾਂ ਬੰਦਿਆਂ ਦੇ ਵਿੱਚੋਂ, ਇਸ ਟਾਈਮ ਦੁਨੀਆਂ 'ਚ ਕਰੋੜਾਂ ਬੰਦੇ ਨੇ, ਕਰੋੜਾਂ ਬੰਦਿਆਂ 'ਚ ਇੱਕ ਬੰਦਾ ਕੱਲਮ ਕੱਲਾ ਬਹਿ ਕੇ ਕਹਿੰਦਾ ਵੀ ਮੈਂ ਸਹੀ ਹਾਂ, ਬਕਾਇਆ ਸਭ ਗਲਤ ਜੇ, ਮੈਂ ਇਹ ਉਹ ਬੰਦੇ ਜੇ।
ਇੰਜ ਦੇ ਜਿਹੜੇ ਹੁੰਦੇ ਨੇ ਨਾ ਜਰਾਸੀਮ ਪਾਏ ਜਾਂਦੇ ਨੇ। ਉਹ ਮਿਰਜ਼ਾ ਜੂਨੀਅਰ ਜੇਲਮੀ ਵੀ ਤੇ ਉਹੀ ਕਹਿੰਦਾ, ਉਹ ਕਹਿੰਦਾ ਬਸ ਅਕੈਡਮੀ 'ਚ ਮੈਂ ਬੈਠਾ ਵਾ, ਕੱਲਮ ਕੱਲਾ ਮੈਂ ਠੀਕ ਹਾਂ, ਬਕਾਇਆ ਸਭ ਖਰਾਬ ਨੇ, ਗਲਤ ਨੇ। ਮਿਰਜ਼ਾ ਕਾਦੀਆਨੀ ਵੀ ਇਹੋ ਹੀ ਕੰਮ ਕਰਦਾ ਸੀ, ਉਹ ਕਹਿੰਦਾ ਸੀ ਸਿਰਫ ਇਸਲਾਮ ਮੇਰੇ ਕੋਲ ਹੀ ਬਚਿਆ ਬਸ ਮੇਰੀ ਅਕੈਡਮੀ ਦੇ ਵਿੱਚ, ਬਕਾਇਆ ਸਾਰੇ ਫਾਰਗ ਹੋ ਗਏ ਨੇ, ਕਿਸੇ ਨੂੰ ਸਮਝ ਹੀ ਨਹੀਂ ਆਇਆ ਇਸਲਾਮ। ਤੇ ਇੰਜ ਦੇ ਹੁੰਦੇ ਨੇ ਜਰਾਸੀਮ, ਇਹਨਾਂ ਨੂੰ ਵਿਚਾਰਿਆਂ ਨੂੰ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ, ਐਵੇਂ ਬਰਾਡਾਂ ਦੇ ਆ ਜਾਂਦੇ ਨੇ। ਤੇ ਬਸ ਕੀ ਇਹਨਾਂ ਦਾ ਕੋਈ ਸਪੈਸ਼ਲਿਸਟ ਚਾਹੀਦਾ, ਇਹਨਾਂ ਦਾ ਨਫਸਿਆਤੀ ਸਪੈਸ਼ਲਿਸਟ ਜਿਹੜਾ ਇਹਨਾਂ ਦਾ ਇਲਾਜ ਕਰੇ, ਇਹਨਾਂ ਨੂੰ ਕੋਈ ਦਵਾਈ ਲਿਖ ਕੇ ਦੇਵੇ। ਮੁਫਤੀ ਸਾਹਿਬ ਤੁਹਾਡੇ ਕਹਿਣ ਨਾਲ ਮੈਂ ਕੋਈ ਹਿੱਲ ਨਹੀਂ ਜਾਣਾ ਹੈਗਾ, ਗੱਲ ਇਹ ਗੱਲ ਦਲੀਲ ਨਾਲ ਕਰੋ ਤੇ ਫਿਰ ਮਜ਼ੇਦਾਰੀ ਹੈ। ਇਸ ਤਰ੍ਹਾਂ ਨਹੀਂ ਫਲਾਣੇ ਹਿੱਲੇ ਨੇ, ਫਲਾਣੇ ਨਹੀਂ ਪਾਗਲ ਇਹ ਕੋਈ ਜਵਾਬ, ਕੋਈ ਇੱਕ ਵੀ ਜਵਾਬ ਤੁਸੀਂ ਦਲੀਲ ਨਾਲ ਨਹੀਂ ਦਿੱਤਾ ਹੈਗਾ ਯਾਰ। ਉਹ ਮੁਫਤੀ ਸਾਹਿਬ ਨੇ 1300 ਦਲੀਲਾਂ ਤੈਨੂੰ ਦਿੱਤੀਆਂ, ਵੁਦੂ ਦਾ ਤਰੀਕਾ ਦੱਸਿਆ, ਵਜ਼ੂ ਦਾ ਤਰੀਕਾ ਨਹੀਂ ਗਾ, ਨਮਾਜ਼ ਪੜ੍ਹਨ ਦਾ ਤਰੀਕਾ ਨਹੀਂ ਗਾ। ਇਮਾਮ ਬੁਖਾਰੀ ਨੇ ਕਿਤਾਬ ਤੇ ਲਿਖੀ ਸੀ 250-300 ਸਾਲ ਬਾਅਦ, ਤੇ ਜਿਹੜੇ ਉਸ ਤੋਂ ਪਹਿਲੇ ਮੁਸਲਮਾਨ ਗੁਜ਼ਰ ਗਏ ਸਨ ਉਹ ਕਿਸ ਤਰ੍ਹਾਂ ਆਦਾ ਮਤਲਬ ਅਰਕਾਨ ਅਦਾ ਕਰਦੇ ਸਨ ਇਸਲਾਮ ਦੇ, ਉਹ ਕਰਦੇ ਸਨ। ਜੇ ਅਗਰ ਇੱਕ ਮਿੰਟ, ਜੇ ਅਗਰ ਇਮਾਮ ਬੁਖਾਰੀ ਕਿਤਾਬ ਨਾ ਲਿਖਦਾ, ਇੰਨੀਆਂ ਚੀਜ਼ਾਂ ਜਿਹੜੀਆਂ ਨੇ ਕਰ, ਇੱਕ ਇੱਕ ਚੀਜ਼ ਤੇ ਰੱਖੋ ਸਾਹਮਣੇ ਤੇ ਉਹਦਾ ਜਵਾਬ ਦੇ ਦਿੰਦੇ ਆ। ਉਹ 250 ਸਾਲ ਬਾਅਦ ਲਿਖੀ ਜਾਏ ਹਦੀਸ ਜਾਂ 1000 ਸਾਲ ਬਾਅਦ ਲਿਖੀ ਜਾਏ, ਹਦੀਸ ਕੇ ਸ਼ੁਰੂ ਕੇ ਅੰਦਰ ਇੱਕ ਸਨਦ ਹੁੰਦੀ ਹੈ ਕਿ ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਸੇ ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹ ਅਨਹੁ ਨੇ ਯੇ ਬਾਤ ਸੁਣੀ ਹੈ। ਹਜ਼ਰਤ ਅਬੂ ਹੁਰੈਰਾ ਕੇ ਬਾਅਦ ਇੱਕ ਹੋਰ ਤਾਬਈਆਂ ਉਹਨਾਂ ਨੇ ਯੇ ਬਾਤ ਸੁਣੀ ਹੈ, ਉਨ ਤੱਕ ਪਹੁੰਚੀ ਹੈ। ਉਨ ਕੇ ਬਾਅਦ ਇੱਕ ਤਬਾ ਤਾਬੀ ਤੱਕ ਯੇ ਬਾਤ ਪਹੁੰਚੀ, ਤੋ ਫਿਰ ਮੁਸੰਨਿਫ ਕਹਤੇ ਹੈ ਕਿ ਯੇ ਬਾਤ ਉਨ ਸੇ ਮੈਨੇ ਸੁਣੀ ਹੈ। ਵੋ ਇਮਾਮ ਬੁਖਾਰੀ ਹੋ ਸਕਤੇ ਹੈ, ਇਮਾਮ ਮੁਸਲਿਮ ਹੋ ਸਕਤੇ ਹੈ, ਇਮਾਮ ਤਿਰਮਜ਼ੀ ਹੋ ਸਕਤੇ ਹੈ। ਤੋ ਇਨ ਤੱਕ ਜੋ ਵੋ ਹਦੀਸ ਪਹੁੰਚਤੀ ਹੈ ਨਾ, ਇੱਕ ਵਾਸਤੇ ਸੇ ਪਹੁੰਚਤੀ ਹੈ। ਆਪ ਕੀ ਅਕਲ ਹੀ ਟਿਕਾਣ, ਮੈਨੇ ਪਹਿਲੇ ਕਹਿ ਦਿਆ ਤਾਂ ਆਪ ਲੈ ਹੋਵੇ ਕਿ ਬਾਈ ਜੇ ਤੋ ਆਪ ਕਹਿ ਰਹੇ ਵੁਜ਼ੂ ਕਾ ਤਰੀਕਾ ਵੋ ਕੈਸੇ ਕਰਤੇ ਥੇ, ਮੈਂ ਅਬ ਇਸਕਾ ਹੱਲ ਹੀ ਕੋ ਨਹੀਂ ਨਾ। ਮੇਰੇ ਭਾਈ ਅਬ ਲੈ ਹੋਏ ਬੁਖਾਰੀ ਨੇ ਬਤਾਇਆ ਨਾ ਤਰੀਕਾ, ਅਗਰ ਮੇਰਾ ਇਹ ਸਵਾਲ ਹੈ ਕਿ ਅਗਰ ਇਮਾਮ ਬੁਖਾਰੀ ਨੇ ਨਾ ਬਤਾਤੇ ਤੋ ਕਿਆ ਹੋਤਾ। ਔਰ ਨਹੀਂ ਬਤਾਇਆ ਇਮਾਮ ਬੁਖਾਰੀ ਨੇ, ਤਰੀਕਾ ਨਹੀਂ ਬਤਾਇਆ ਅੱਲਾ ਕੇ। ਚਲੋ ਮੈਂ ਇੱਕ ਹਦੀਸ ਸਿਰਫ ਖੋਲ ਲੈਤਾ ਹੂੰ, ਜ਼ਿਆਦਾ ਨਹੀਂ, ਸਿਰਫ ਇੱਕ ਹੀ ਖੋਲ ਲੈਤਾ ਹੂੰ। ਯੇ ਬੁਖਾਰੀ ਸ਼ਰੀਫ ਮੈਨੇ ਖੋਲ ਲਈ ਹੈ, ਬੁਖਾਰੀ ਸ਼ਰੀਫ ਕੇ ਅੰਦਰ ਯੇ ਕਿਤਾਬ ਉਲ ਵਜ਼ੂ ਮੈਂ ਖੋਲ ਲੈਤਾ ਹੂੰ। ਕਿਤਾਬ ਉਲ ਵਜ਼ੂ ਕੇ ਅੰਦਰ ਲਿਖ ਲਿਖ ਕੇ ਕਿਤਾਬਾਂ ਲਿਖ ਲਿਖ ਕੇ ਉਹਦਾ ਇਨਸਾਨੀਅਤ ਬਰਾਬਰ ਕੋਈ ਕਿਸੇ ਮੁਸਲਮਾਨ ਦੀ ਜ਼ਿੰਦਗੀ ਅਗਰ ਤੂੰ ਹਦੀਸ ਦੇ ਉੱਤੇ ਜਾਂ ਇਮਾਮ ਬੁਖਾਰੀ ਦੇ ਉੱਤੇ ਕੋਈ ਗੱਲ ਕੀਤੀ ਤੇ ਤੈਨੂੰ ਮੈਂ ਲਿੱਤਰ ਉਹ ਫੇਰਾਂਗਾ ਰੇ ਰੱਬ ਦਾ ਨਾ। ਉਹ ਬਾਈ ਬੰਦੇ ਦਾ ਬੱਚਾ ਬਣ ਤੂੰ ਹੋਣਾ ਸਮਝਣਾ 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 ਤੇ ਤੂੰ ਇੱਥੇ ਬਹਿ ਕੇ ਸਮਝ ਕੇ ਮੁਫਤੀ ਸਾਹਿਬ ਗੱਲ ਕਿਤੋਂ ਪੇ ਕਰਦੇ ਨੇ, ਠੀਕ ਹੈ। ਉਹਦੇ ਤੋਂ ਬਾਅਦ ਤੈਨੂੰ ਇੱਕ ਹੋਰ ਮੈਂ ਦਲੀਲ ਦੇ ਸਾਂ ਜੀ ਮੁਫਤੀ ਸਾਹਿਬ।
ਚਲੋ ਜੀ ਦੱਸੋ ਜੀ, ਇਹਨਾਂ ਨੂੰ ਇੱਕ ਸਿਰਫ ਮੈਂ ਸਨਦ ਸੁਣਾਉਣ ਲੱਗਾ ਵਾਂ। ਹਦੀਸ ਦਾ ਨੰਬਰ ਹੈ 134, ਮਰਫੂ ਹਦੀਸ ਹੈ। ਇਹ ਵੇਖੋ ਜੀ, ਹੱਦਸਨਾ ਆਦਮ, ਇਹ ਆਦਮ ਪਹਿਲਾ ਰਾਵੀ ਹੈ। ਉਹ ਆਦਮ ਕਹਿੰਦੇ ਨੇ ਕਿ ਹੱਦਸਨਾ ਇਬਨੇ ਅਬੀ ਜ਼ੇਬ, ਇਹ ਦੂਜੇ ਰਾਵੀ ਜੇ। ਉਹਨਾਂ ਨੇ ਨਾਫੇ ਕੋਲ ਰਵਾਇਤ ਕੀਤਾ, ਉਹਨਾਂ ਨੇ ਇਬਨੇ ਉਮਰ ਕੋਲ ਰਵਾਇਤ ਕੀਤਾ। ਉਹ ਕਹਿੰਦੇ ਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹੀ ਵਾਲੈਹੀ ਵਸੱਲਮ ਕੋਲੋਂ ਇਹ ਰਵਾਇਤ ਇੰਜ ਵੇ। ਇਹ ਦੋ ਸੰਦਾਂ ਦੇ ਨਾਲ, ਦੋ ਵਾਸਤਿਆਂ ਦੇ ਨਾਲ ਇਹ ਹਦੀਸ ਹੈ। ਸਮਝ ਆਈ ਕਿ ਨਹੀਂ? ਅੱਛਾ, ਫਿਰ ਤੁਸੀਂ ਕਹਿੰਦੇ ਹੋ ਪਏ ਕਿ ਜਨਾਬ ਇਮਾਮ ਬੁਖਾਰੀ ਨੇ ਇਹ ਬਿਆਨ ਕੀਤਾ। ਇਹ ਇਮਾਮ ਬੁਖਾਰੀ ਨੇ ਬਿਆਨ ਕੀਤਾ? ਉਹ ਕਹਿੰਦੇ ਨੇ ਪਏ, ਇਬਨੇ ਉਮਰ ਕਹਿੰਦੇ ਨੇ ਕਿ ਇਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੋਲੋਂ ਇਹ ਹਦੀਸ ਹੈ। ਤੇ ਬਿਆਨ ਕਿਹਨੇ ਕੀਤੀ ਹੈ? ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ। ਤੁਸੀਂ ਕਹਿੰਦੇ ਹੋ ਇਹ ਬਿਆਨ ਕੀਤੀ ਹੈ ਇਮਾਮ ਬੁਖਾਰੀ ਨੇ। ਉਹ ਬਾਈ, ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਕੋਲੋਂ ਅੱਗੇ ਜਿਹੜਾ ਵਾਸਤਾ ਵੇ ਉਹ ਇਬਨੇ ਉਮਰ ਦਾ ਹੈ। ਫਿਰ ਇਬਨੇ ਉਮਰ ਕੋਲ ਪਹੁੰਚੀਏ ਨਾਫੇ ਕੋਲ, ਨਾਫੇ ਤੋਂ ਪਹੁੰਚੀਏ ਇਬਨੇ ਅਬੀ ਜ਼ੇਬ ਕੋਲ, ਫਿਰ ਉਹਨਾਂ ਕੋਲ ਪਹੁੰਚੀਏ ਆਦਮ ਕੋਲ, ਉਹਨ ਆਦਮ ਕੋਲੋਂ ਲਈਏ ਇਮਾਮ ਬੁਖਾਰੀ ਨੇ। ਤੁਸੀਂ ਜਾਂਦੇ ਹੋ ਜਨਾਬ, ਇਹ ਜਦੋਂ ਕਿਤਾਬਾਂ ਨਹੀਂ ਸਨ ਤੇ ਹਦੀਸਾਂ ਨਹੀਂ ਸਨ ਤੇ ਉਹ ਵੁਜ਼ੂ ਕਿੰਝ ਕਰਦੇ ਸਨ? ਹਾਂਜੀ, ਹੁਣ ਅਗਲਾ ਕਰ ਲਓ ਸਵਾਲ। ਅੱਛਾ ਅਲੀ ਵਾਰਿਸ ਸਾਹਿਬ, ਇੱਕ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ। ਜਦੋਂ ਕੁਰਾਨ ਸ਼ਰੀਫ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਥਰੂ ਉਤਾਰਿਆ ਗਿਆ, ਉਦੋਂ ਕਿੱਥੇ ਲਿਖਿਆ ਗਿਆ ਸੀ ਕੁਰਾਨ ਸ਼ਰੀਫ ਜੀ? ਅਲੀ ਵਾਰਿਸ ਸਾਹਿਬ ਅਨਮਿਊਟ ਕਰੋ ਜੀ। ਹੁਣ ਸਮਝ ਆਈ ਕਿ ਜਿਹੜੀ ਇੱਕ ਅਹਾਦੀਸ ਹੋਣੀ ਹੈ ਉਹਦੇ ਪਿੱਛੇ ਕਿੰਨੇ ਕਿੱਥੋਂ ਕਿੱਥੋਂ ਤੱਕ ਕਿਹੜੇ ਕਿਹੜੇ ਬੰਦੇ ਵਿਚ ਨਹੀਂ 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 ਸ਼ਾਇਦ ਇਹੋ ਹੀ ਸਵਾਲ ਦੁਬਾਰਾ ਰਿਪੀਟ ਕਰੋ, ਇਹ ਸਵਾਲ ਬੜਾ ਅਹਿਮ ਹੈ ਜੀ। ਤੇ ਉਹ ਤੇ ਕੁਰਾਨ ਤੇ ਕੁਰਾਨ ਖੁਦ ਸਭ ਤੋਂ ਵੱਡੀ ਹਦੀਸ ਹੈ ਜੀ, ਬੇਸ਼ੱਕ ਇਹ ਕੁਰਾਨ ਵੀ ਤੇ ਬਾਅਦ ਚ ਲਿਖਿਆ ਗਿਆ ਹੈ। ਇਹ ਕਿਤਾਬੀ ਸੂਰਜ ਦੇ ਬਾਅਦ ਚ ਆਇਆ ਹੈ। ਦੇਖੋ ਵਿਚ ਕਿਸੇ ਨੂੰ ਵੀ ਕੋਈ ਸ਼ੱਕ ਨੀਗਾ ਕੁਰਾਨ ਦੇ ਉੱਤੇ, ਤੇ ਕਿਸੇ ਨੂੰ ਸ਼ੱਕ ਹੀ ਨਹੀਂ ਨਾ ਹੈਗਾ, ਕਿਸੇ ਨੂੰ ਵੀ ਸ਼ੱਕ ਨਹੀਂ ਹੈਗਾ। ਇਹ ਜਿਹੜੀਆਂ ਅਹਦੀਸ ਨੇ ਉਦੋਂ ਅਹਦੀਸ ਜਿਹੜੀਆਂ ਨੇ 300-400 ਸਾਲ ਬਾਅਦ ਲਿਖੀਆਂ ਗਈਆਂ ਨੇ ਯਾਰ, ਲਿਖੀਆਂ ਗਈਆਂ, ਲਿਖੀਆਂ ਤੂੰ ਛੋੜ ਦੇ, ਲਿਖੀਆਂ ਕਿਸੇ ਬੰਦੇ ਨੇ ਆਪਣੇ ਕੋਲੋਂ ਨਹੀਂ ਹੈ, ਠੀਕ ਹੈ। ਹੁਣ ਮੈਂ ਇਹੀ ਗੱਲ ਪੇ ਕਰਨਾ ਕਿ ਜਿਹੜੇ ਸਹਾਬਾ ਕਰਾਮ ਸਨ, ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਮੂੰਹ ਚੋਂ ਜਿਹੜੇ ਅਲਫਾਜ਼ ਨਿਕਲੇ, ਬਿਲ ਫਰਜ਼ ਇੱਕ ਸਹਾਬਾ ਨੇ ਸੁਣਿਆ, ਜਿਹੜੇ ਸਹਾਬਾ ਨੇ ਨਹੀਂ ਸੁਣਿਆ ਉਹਨਾਂ ਤੱਕ ਗੱਲ ਪਹੁੰਚੀ। ਅੱਗੋਂ ਫਿਰ ਹੋਰ ਤੁਰਦਿਆਂ 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 ਜਿਹੜੇ ਜਿਨ੍ਹਾਂ ਨੇ ਇਹ ਬੁਖਾਰੀ ਸ਼ਰੀਫ ਲਿਖੀ, ਠੀਕ ਹੈ, ਉਹਨਾਂ ਤੱਕ ਪਹੁੰਚੀ, ਅਗਲਿਆਂ ਨੇ ਕਿਤਾਬ ਲਿਖ ਛੱਡੀ ਕਿ ਇਹ 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 ਗੱਲ ਸੱਚੀ ਹੈ, ਠੀਕ ਹੈ, ਵਿਟਨੈਸ ਪਾ ਲਿਆ। ਹੁਣ ਇੱਥੇ ਤੈਨੂੰ ਅਸੀਂ ਸਮਝਾਉਣ ਦੇ ਰਹੇ ਹਾਂ, ਠੀਕ ਹੈ, ਇੱਥੇ ਕੈਪਟਨ ਬੈਠਾ ਦਾ ਵੇ ਕਾਦਰੀ ਸਾਹਿਬ ਬੈਠੇ ਦੇ ਨੇ, ਇਹ ਵਿਟਨੈਸ ਨੇ ਕਿ ਜੋ ਜੋ ਅੱਲਾ ਤੇਰੇ ਨਾਲ ਪਏ ਅਸੀਂ ਗੱਲਾਂ ਕਰਦੇ ਹਾਂ, ਠੀਕ ਹੈ, ਇਹ ਵਿਟਨੈਸ ਨੇ। ਕੱਲ੍ਹ ਨੂੰ ਇੱਕ ਹੋਰ ਬਰਾਡ ਦੇ ਉੱਤੇ ਜਾ ਕੇ ਇਹ ਕਹਿ ਦੇਣ ਕਿ ਜਨਾਬ ਅਲੀ ਵਾਰਿਸ ਸਾਹਿਬ ਨੇ ਇਹ ਸਾਡੇ ਨਾਲ ਬਹਿ ਕੇ ਗੱਲਾਂ ਕੀਤੀਆਂ, ਠੀਕ ਹੈ,
ਇੱਕ ਬੰਦੇ ਨੇ, ਇੱਕ ਬੰਦਾ ਸਾਡੀ ਵੀਡੀਓ ਯੂਟਿਊਬ ਤੇ ਚਾਟ ਛੱਡਦਾ ਉਹ ਰਿਕਾਰਡਿਡ ਰਹਿ ਜਾਂਦੀ ਹੈ। ਇੱਕ ਬੰਦਾ ਕਿਤਾਬ ਲਿਖ ਛੱਡਦਾ ਕਿ ਇੱਕ ਇੱਕ ਲਫ਼ਜ਼ ਜੋ ਤੂੰ ਸਾਡੇ ਨਾਲ ਗੁਫ਼ਤਗੂ ਕੀਤੀ ਇਹ ਕਿਤਾਬ ਲਿਖ ਕਰਤੀ ਹੈ। ਐਗਜੈਕਟਲੀ ਅਹਦੀਸ ਵੀ ਜਿਹੜੀਆਂ ਨੇ, ਅਹਦੀਸ ਲਿਖੀਆਂ ਗਈਆਂ ਉਹ ਵੀ ਸਲੋਲੀ ਸਲੋਲੀ ਜਦੋਂ ਵਕਤ ਬਦਲਦਾ ਗਿਆ, ਟੈਕਨੋਲੋਜੀ ਆਉਂਦੀ ਗਈ, ਠੀਕ ਹੈ। ਕੁਰਾਨ ਸ਼ਰੀਫ ਵੀ ਜਿਹੜਾ ਸੀ ਉਹ ਮੇਰੇ ਖਿਆਲ ਨਾਲ ਪੱਤਿਆਂ ਦੇ ਉੱਤੇ ਲਿਖਿਆ ਗਿਆ ਸੀ ਜਾਂ ਲੈਦਰ ਦੇ, ਕੋਈ ਇਹੋ ਜਿਹੀਆਂ ਚੀਜ਼ਾਂ ਨੇ, ਮੈਨੂੰ ਮੁਫਤੀ ਸਾਹਿਬ ਬੈਟਰ ਜਾਣਦੇ ਨੇ ਇਹਨਾਂ ਚੀਜ਼ਾਂ ਨਾਲੋਂ। ਫਿਰ ਉਹ ਜਦੋਂ ਜਦੀਦ ਟੈਕਨੋਲੋਜੀ ਆਈ ਤੇ ਉੱਥੋਂ ਤੱਕ ਫਿਰ ਇੱਥੇ ਆਵੇ। ਹੁਣ ਕੋਈ ਕਈ ਐਸੀਆਂ ਹਦੀਸਾਂ ਨੇ ਜਿਹੜੀਆਂ ਕਿ ਜ਼ਈਫ ਨੇ, ਕਈ ਜਿਹੜੀਆਂ ਨੇ ਬਿਲਕੁਲ ਅਥੈਂਟਿਕ ਨੇ, ਉਹਨਾਂ ਦੇ ਹਵਾਲੇ ਮੌਜੂਦ ਨੇ। ਸ਼ਾਇਦ ਭਾਈ ਇੱਕ ਮਿੰਟ ਜੀ, ਅਲੀ ਵਾਰਾ ਸਾਹਿਬ ਨਮਾਜ਼ ਪੜ੍ਹਦੇ ਹੋ? ਜੀ ਅਲਹਮਦੁਲਿਲਾ, ਪੜ੍ਹਨਾ ਕਦੀ ਨਾ ਕਦੀ। ਅੱਛਾ, ਕਦੀ ਨਾ ਕਦੀ, ਪੱਕਾ ਮੁਸਤਕਿਲ ਨਮਾਜ਼ੀ ਨਹੀਂ ਹੈ? ਕੋਈ ਬਾਤ ਨਹੀਂ, ਕੋਈ ਬਾਤ ਨਹੀਂ। ਅੱਛਾ, ਅਗਰ ਸਵੇਰ ਦੇ ਕਿੰਨੇ ਫਰਜ਼ ਪੜਦੇ ਹੋ? ਸਵੇਰ ਦੇ ਚਾਰ, ਦੋ ਦੋ ਫਰਜ਼। ਅੱਛਾ ਜੀ, ਅੱਛਾ ਦੋ ਫਰਜ਼ ਅਗਰ ਪੜਨੇ ਹੋਣ ਤੇ ਕਿੰਜ ਪੜਦੇ ਹੋ ਤੁਸੀਂ? ਯਾਰ ਦੇਖੋ, ਹੁਣ ਇਹ ਇਹ ਜਿਹੜੀ ਨੇ ਇਹ ਫਿਕਹ ਹੀ ਬੈਸਾ ਨੇ, ਤਰੀਕਾ ਕਰੋ ਤੇ ਸੇ ਫਿਕਹ ਨੂੰ ਛੱਡੋ ਯਾਰ। ਉਹ ਹੁਣ ਸੁਣ ਲਵੋ ਨਾ ਗੱਲ ਯਾਰ, ਹੁਣ ਸੁਣ ਵੀ ਲਵੋ। ਕਿਸੇ ਨੇ ਇਹ ਫਿਕਹ ਹੀ ਬੈਸਾ ਨੇ, ਮੈਂ ਇਹ ਬੈਸਾ ਕਰਨ ਵਾਸਤੇ ਬਿਲਕੁਲ ਨਹੀਂ, ਮਤਲਬ ਇਹ ਕਿ ਮੈਂ ਕੁਛ ਨਹੀਂ ਕਹਾ, ਤੁਸੀਂ ਮਾਸਟਰ ਹੋ ਇਹਨਾਂ ਦੇ, ਇਹਨਾਂ ਬੈਸਾ ਦੇ ਤੁਸੀਂ ਮਾਸਟਰ ਹੋ। ਤੁਸੀਂ ਹਦੀਸ ਨੂੰ ਜਦੋਂ ਮੰਨਦੇ ਹੀ ਨਹੀਂ, ਮੈਂ ਬਿਲਕੁਲ ਨਹੀਂ, ਤੁਹਾਡਾ ਕੰਮ ਹੀ ਇਹੋ ਮੇਰੇ ਵੀਰੇ, ਰੋਜ਼ੀ ਰੋਟੀ ਇਹੋ ਮੇਰੀ ਹੈ। ਮੈਂ ਤੇ ਆਮ ਗੁਨੇਗਾਰ ਜਾਂ ਮੁਸਲਮਾਨ ਆ, ਤੇ ਮੈਂ ਆਪਦੇ ਕੁਝ ਸਵਾਲ ਨੇ ਤੇ ਉਹਨਾਂ ਦੀ ਤਸੱਲੀ ਉਹ ਤਸ਼ੱਫੀ ਚਾਹਨਾ ਕਿ ਤੁਸੀਂ ਦੇ ਸਕੋ। ਤਸੱਲੀ ਤੁਹਾਡੀ ਮੈਂ ਕਰਾਨਾ ਵਾ, ਇੰਜ ਨਹੀਂ। ਜਿਹੜੀ ਤੁਸੀਂ ਨਮਾਜ਼ ਮੈਨੂੰ ਸੁਣਾਓਗੇ ਨਾ, ਉਹ ਤੁਹਾਡੇ ਕੋਲ ਮੈਂ ਫਿਰ ਪੁੱਛਾਂਗਾ ਕਿ ਕੁਰਾਨ ਚ ਦੱਸੋ ਕਿੱਥੇ ਲਿਖੀ ਹੈ। ਮੈਂ ਤੇ ਇਹ ਗੱਲ ਦੀ ਬਹਿਸ ਹੀ ਖਤਮ ਕਰ ਦਿੱਤੀ ਸੀ ਸ਼ੁਰੂ ਤੋਂ, ਤੁਸੀਂ ਉਸ ਪਾਸੇ ਗੱਲ ਨਜਾਇਜ਼ ਨਹੀਂ ਰਹੇਗੇ। ਮੈਂ ਇਹ ਕਹਿ ਰਿਹਾ ਹਾਂ, ਮੇਰਾ ਇਹ ਸਵਾਲ ਸੀ, ਸੁਣੋ ਤੇ ਸਹੀ, ਮੇਰਾ ਇਹ ਸਵਾਲ ਸੀ, ਕਰੋ ਤੁਸੀਂ ਇਹ ਨਾ ਸਿਰਫ ਰਕੂ ਤੱਕ ਸੁਣਾ ਦਿਓ ਮੈਨੂੰ, ਤੇ ਉਹ ਨਮਾਜ਼ ਰਕੂ ਤੱਕ ਜਿਹੜੀ ਨਾ ਕੁਰਾਨ ਦੇ ਵਿੱਚ ਕੱਢ ਕੇ ਬਹਾ ਦਿਓ। ਚਲੋ ਜੀ, ਸ਼ੁਰੂ ਕਰੋ। ਮੈਂ ਤੇ ਕਿ ਮੈਂ ਇਹ ਕਦੋਂ ਕਿਹਾ ਹੈਗਾ ਕਿ ਉਹ ਕੁਰਾਨ ਦੇ ਵਿੱਚ ਹੋਵੇਗੀ? ਮੈਂ ਕਿਹਾ ਅੱਛਾ, ਤੇ ਉਹ ਫਿਰ ਨਮਾਜ਼ ਤੁਸੀਂ ਕਿੱਥੋਂ ਲਈ ਹੈ? ਮੈਂ ਤੇ ਇੱਕ ਸਿੰਪਲ ਜਿਹਾ ਮੁਸਲਮਾਨ ਆ, ਮੇਰੇ ਜ਼ਿਹਨ ਦੇ ਵਿੱਚ ਜਿਹੜੇ ਕੁਝ ਸਵਾਲਾਤ ਨੇ, ਮੈਨੂੰ ਮੁਤਮਨ ਕਰੋ ਤੇ ਠੀਕ ਹੈ, ਜੇ ਨਾ ਮੁਤਮਨ ਮੈਂ ਹੋ ਸਕਾਂ ਤਾਂ ਕੋਈ ਐਸੀ ਬਾਤ ਨਹੀਂ ਗੀ, ਲੇਕਿਨ ਗੱਲ ਮਾਕੂਲ ਕਰੋ, ਨਮਾਜ਼ ਦਲੀਲ ਨਾਲ ਕਰੋ, ਧੱਕੇ ਨਾਲ ਜ਼ਬਰਦਸਤ। ਹਾਂ ਵੇਖੋ, ਇਹ ਸ਼ਾਹਿਦ ਭਾਈ ਨੇ ਇੱਕ ਵੇਖੋ ਸਬੂਤ ਔਰ ਬਹੁਤ ਅੱਛਾ ਔਰ ਬੜੀ ਅੱਛੀ ਮਤਲਬ ਮੁਤਮਨ ਹੋਇਆ, ਐਸੀ ਤਾਂ ਕੋਈ ਗੱਲ ਨਹੀਂ, ਤੁਸੀਂ ਸਾਰਾ ਜੋ ਕੁਛ ਹੈ ਜ਼ਬਰਦਸਤੀ ਬਣਾ ਰਹੇ ਹੋ। ਨਹੀਂ ਨਹੀਂ, ਜ਼ਬਰਦਸਤੀ ਨਹੀਂ, ਜ਼ਬਰਦਸਤੀ ਨਹੀਂ। ਮੁਫਤੀ ਸਾਹਿਬ ਦਾ ਥੋੜਾ ਜਿਹਾ ਬੋਲਣ ਦਾ ਸਟਾਈਲ ਹੈ ਜੇ ਹੁਣ ਜਿਹੜੀ ਮੁਫਤੀ ਸਾਹਿਬ ਗੱਲ ਤੇ ਕਰਦੇ ਨੇ। ਸ਼ਾਹਿਦ ਭਾਈ, ਸ਼ਾਹਿਦ ਭਾਈ ਇੱਕ ਮਿੰਟ ਜ਼ਰਾ ਜੀ, ਸ਼ਾਹਿਦ ਭਾਈ ਇੱਕ ਮਿੰਟ। ਸਿਰਫ ਮੈਂ ਇਸ ਬੰਦੇ ਕੋਲ ਨਮਾਜ਼ ਕੁਰਾਨ ਦੇ ਵਿੱਚ ਪੜਵਾਣੀ ਹੈ, ਇਹ ਹੁਣ ਇਹ ਕੰਮ ਤੁਸੀਂ ਕਰ ਲਓ ਜਾਂ ਮੈਨੂੰ ਕਰਨ ਦਿਓ। ਨਮਾਜ਼ ਇਸ ਬੰਦੇ ਕੋਲ ਤੁਸੀਂ ਕੁਰਾਨ ਦੇ ਵਿੱਚੋਂ ਪੜਵਾਣੀ, ਹਦੀਸ ਨੂੰ ਹੱਥ ਨਹੀਂ ਲਾਏਗਾ ਬੰਦਾ। ਚਲੋ ਸ਼ਾਹਿਦ ਭਾਈ ਬੋਲੋ, ਇਹ ਬੰਦੇ ਕੋਲ ਨਮਾਜ਼ ਤੁਸੀਂ ਕੁਰਾਨ ਚੋਂ ਲੈ ਦਿਓ। ਮੈਂ ਸਾਰੀਆਂ ਅਹਾਦੀਸਾਂ ਦਾ ਇਨਕਾਰ ਕਰ ਰਿਹਾ, ਠੀਕ ਹੈ? ਐਸਾ ਹੈ ਨਹੀਂ, ਐਸਾ ਹੈ ਨਹੀਂ, ਠੀਕ ਹੈ? ਮੈਂ ਪਹਿਲੇ ਯਾਦ ਗੁਫ਼ਤਗੂ ਦੇ ਵਿੱਚ ਗੱਲ ਕਰ ਗਿਆ, ਮੈਂ ਕਿਹਾ ਕਿ ਇਹ ਕਿਤਾਬਾਂ ਦੇ ਵਿੱਚ ਕੁਛ ਸੱਚ ਜ਼ਰੂਰ ਹੈਗਾ, ਲੇਕਿਨ 100% ਸੱਚ ਨਹੀਂ ਹੈ। ਤੇ ਲਿਹਾਜ਼ਾ ਜਿਹੜਾ ਬੰਦਾ ਇਸ ਕਿਤਾਬਾਂ ਨੂੰ ਨਹੀਂ ਮੰਨਦਾ ਕਿ ਇਹ ਬਿਲਕੁਲ ਸੱਚੀਆਂ ਕਿਤਾਬਾਂ ਨੇ, ਠੀਕ ਹੈ, ਉਹਨੂੰ ਤੁਸੀਂ ਅਸੀਂ ਇਸਲਾਮ ਚੋਂ ਨਹੀਂ ਕੱਢ ਸਕਦੇ ਹੈਗੇ। ਤੁਸੀਂ ਬੜੀ ਹਾਰਡ ਲਾਈਨ ਲੈਂਦੇ ਹੋ, ਸਾਰੀਆਂ ਦੀ ਸਾਨੂੰ ਯਾਰ ਇੱਕ ਤੇ ਬੰਦਾ ਗੱਲ ਵੀ ਨਹੀਂ ਕਰਨ ਦਿੰਦਾ, ਸਾਰੀਆਂ ਦੀ ਸਾਨੂੰ ਤੇ ਅਸੀਂ ਵੀ ਕੋਈ ਨਹੀਂ ਮੰਨਦੇ।
ਹਦੀਸ ਦਾ ਪੂਰਾ ਇਲਮ ਹੈ ਉਹਦੇ ਵਿੱਚ, ਜ਼ਈਫ ਹਦੀਸਾਂ ਨੇ, ਮੌਜੂ ਨੇ, ਉਹਦੇ ਚ ਕਬੂਲ ਵਾਲੀਆਂ ਨੇ, ਰੱਦ ਵਾਲੀਆਂ ਹਦੀਸਾਂ ਨੇ, ਦੁਨੀਆਂ ਦੇ ਵਿੱਚ ਇਹ ਕੋਈ 2000 ਜਾਂ 1500 ਅਹਦੀਸਾਂ ਨਹੀਂ ਕੱਢ ਸਕੇ ਕਿ ਯਾਰ ਇਹਨਾਂ ਦੇ ਉੱਤੇ ਕਿਸੇ ਨੇ ਗੱਲ ਨਹੀਂ ਕਰਨੀ ਹੈ? ਪੂਰੀ ਦੁਨੀਆਂ ਨੂੰ ਕਿਉਂ ਮਤਲਬ ਇੱਕ ਇਸ ਫਿਤਨੇ ਦੇ ਵਿੱਚ ਪਾਇਆ ਹੋਇਆ? ਯਾਰ ਮੈਂ ਜਦੋਂ ਵੂਜ਼ੂ ਵਾਲੀ ਹਦੀਸ ਸੁਣਾਉਂਦਾ ਸਾਂ ਨਾ ਪਿਆ 134 ਨੰਬਰ, ਤੇ ਉਦੋਂ ਤੁਸੀਂ ਬਕ ਬਕ ਕੀਤੀ ਸੀ, ਤੇ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਲੰਮੇ ਪਾ ਲੈਣਾ ਇੱਥੇ ਹੁਣ ਹੀ। ਯਾਰ ਤੂੰ ਮੇਰਾ ਕੁਝ ਵੀ ਨਹੀਂ ਕਰ ਸਕਦਾ ਮੇਰੇ ਵੀਰ, ਤੂੰ ਮੇਰਾ ਕੱਖ ਵੀ ਨਹੀਂ ਕਰ ਸਕਦਾ। ਗੱਲ ਦਲੀਲ ਨਾਲ ਔਰ ਇਲਮ ਦੇ ਨਾਲ ਗੱਲ ਮੈਨੂੰ ਦਲੀਲ ਦੇ, ਮਤਲਬ ਮੈਂ ਤੈਨੂੰ ਇੰਜ ਕਰ ਦਿਆਂਗਾ ਤਾਂ ਮੈਂ ਤੈਨੂੰ ਜੁੱਤੀ ਮਾਰ ਦਿਆਂਗਾ। ਇਹ ਕਿਸੇ ਆਲਮ ਦੀ ਗੁਫ਼ਤਗੂ ਹੈ ਯਾਰ? ਅਜੇ ਗੱਲ ਤੇ ਸੁਣ, ਮੈਂ ਤੈਨੂੰ ਕਿਸੇ ਆਲਮ ਦੀ ਗੁਫ਼ਤਗੂ ਹੋ ਸਕਦੀ ਹੈ ਤੇ ਕੋਈ ਕੇਲੇ ਵੇਚਣ ਵਾਲੇ ਦੀ ਵੀ ਗੁਫ਼ਤਗੂ ਨਹੀਂ ਹੁੰਦੀ ਇਹੋ ਜੀ? ਯਾਰ ਅਫਸੋਸ ਹੈ ਯਾਰ, ਮੈਂ ਤੈਨੂੰ ਹਵਾਲਾ ਦਿੱਤਾ ਕਿ ਜਦੋਂ ਤੂੰ ਬਦਤਮੀਜ਼ੀ ਕੀਤੀ ਸੀ ਨਾ, ਤੇ ਉਦੋਂ ਮੈਂ ਇਹਨੂੰ ਕਿਹਾ ਸੀ ਕਿ ਤੈਨੂੰ ਮੈਂ ਲੰਮੇ ਪਾ ਲੈਣਾ। ਤੇ ਅੱਛਾ ਗੱਲ ਸੁਣ, ਮੇਰੀ ਗੱਲ ਸੁਣ ਲੈ ਪਹਿਲੇ। ਮੈਂ ਹਜੇ 134 ਨੰਬਰ ਹਦੀਸ ਪੜ੍ਹਨੀ ਸ਼ੁਰੂ ਕੀਤੀ ਸੀ, ਤੇ ਤੂੰ ਕਿਹਾ ਇਹਨਾਂ ਨੇ ਲੈ ਲੈ ਕਿਤਾਬਾਂ ਇੰਜ ਕਰ ਛੱਡੀਆਂ। ਗੱਲ ਇਹ ਕਿ ਤੂੰ ਜਿਹੜਾ ਆਲਮ ਹੁੰਦਾ ਤੂੰ ਤਰ੍ਹਾਂ ਤੁਹਾਨੂੰ ਅੱਛਾ ਗੱਲ ਸੁਣ ਯਾਰ, ਗੱਲ ਵੀ ਤੇ ਸੁਣ ਲੈਣਾ, ਤੂੰ ਗੱਲ ਨਹੀਂ ਕਰਨ ਦਿੰਦਾ ਪਿਆ। ਬਦਤਮੀਜ਼ ਆਦਮੀ ਤੂੰ, ਐਡਾ ਜਾਹਿਲ ਆਦਮੀ, ਜਾਹਿਲ ਦੇ ਨਾਲ ਬਦਤਮੀਜ਼, ਦੋ ਕੰਮ ਨੇ ਤੇਰੇ ਯਾਰ, ਪਾਗਲ ਜਿਹਾ ਨਾ ਵੇ। ਤਾਂ ਤੈਨੂੰ ਮੈਂ ਕਿਹਾ ਸੀ ਤੂੰ ਹਿਲੇ। ਅੱਛਾ ਬਾਤ ਸੁਣੋ, ਮੈਂ ਅਭੀ ਹਦੀਸ ਪੜ੍ਹਨੇ ਲੱਗਾ ਤਾਂ ਤੁਮ ਕਹਿ ਰਹੇ ਹੋ ਯਾਰ ਲਿਖ ਲਿਖ ਹਦੀਸਾਂ ਇਹਨਾਂ ਨੇ ਇੰਜ ਕਰ ਛੱਡਿਆ ਤੇ ਬਰਬਾਦ ਕਰ ਛੱਡਿਆ ਤੇ ਯੇ ਕਰ ਛੱਡਿਆ ਤੇ ਵੋ ਕਰ ਛੱਡਿਆ। ਉਸ ਟਾਈਮ ਤੋਂ ਤੁਮ ਮੁਤਲਕ ਸਾਰੀ ਹਦੀਸੋਂ ਕਾ ਇਨਕਾਰ ਕਰ ਰਹੇ ਥੇ। ਹੁਣ ਤੈਨੂੰ ਮੈਂ ਜਦੋਂ ਫੜ ਲਿਆ ਗਿੱਚੀ ਤੂੰ, ਤੇ ਨਹੀਂ ਨਹੀਂ ਕੁਝ ਸਹੀ ਵੀ ਹੈ ਨੇ, ਤੇ ਮੈਂ ਕੁਝ ਸਹੀ ਵੀ ਹੈ ਨੇ, ਹੁਣ ਸਹੀ ਤੇ ਵੀ ਆ ਗਏ ਹੈ ਆਏ। ਵੀਰ ਜੀ ਮੈਂ ਗੁਫ਼ਤਗੂ ਸ਼ੁਰੂ ਕੀਤੀ ਨਾ ਤੇ ਇੱਕ ਮਿੰਟ ਨਹੀਂ ਤੁਸੀਂ ਰੁਕਣਾ, ਇੱਕ ਮਿੰਟ ਵੀ ਨਹੀਂ ਰੁਕਣਾ ਹੈਗਾ ਤੁਸੀਂ। ਆਹੋ ਮੈਂ ਇੱਕ ਮਿੰਟ ਨਹੀਂ ਰੁਕਣਾ, ਤੁਸੀਂ ਬੋਲਣ ਹੀ ਨਹੀਂ ਦੇਣਾ, ਵਿੱਚ ਬੋਲ ਪੈਣਾ ਮੈਂ, ਇਹੋ ਹੀ ਕੰਮ ਹੈ ਤੁਹਾਡਾ। ਅੱਛਾ ਚਲੋ ਨਮਾਜ਼ ਪੜ੍ਹ ਕੇ ਪਹਿਲੇ ਸੁਣਾ ਨਾ ਤੈਨੂੰ, ਤੂੰ ਮੈਨੂੰ ਤੇ ਲੱਗ ਰਿਹਾ ਤੂੰ ਕੋਈ ਯੂਦੀ ਹੈ, ਤੂੰ ਪੁੱਤਰ ਤੂੰ ਮੁਸਲਮਾਨ ਵੀ ਨਹੀਂ ਹੈ, ਤੂੰ ਡਰਾਮੇਬਾਜ਼ੀ ਲੱਗਾ, ਤੈਨੂੰ ਨਮਾਜ਼ ਆਉਂਦੀ ਹੋਈ ਕੋਈ ਨਹੀਂ। ਜੇ ਤੂੰ ਮੁਸਲਮਾਨ ਹੁੰਦਾ ਨਾ ਤੂੰ ਫੱਟ ਕਰਕੇ ਨਮਾਜ਼ ਸੁਣਾਉਣੀ ਸੀ, ਤੂੰ ਇਹ ਡਰਾਮੇਬਾਜ਼ੀ ਕਰ ਰਹੀ ਹੈ। ਮੈਨੂੰ ਲੱਗ ਰਿਹਾ ਤੂੰ ਬਣੀ ਇਸਰਾਇਲ ਵਾਲੇ ਨਾ, ਜਿਹੜੇ ਬਣੀ ਇਸਰਾਇਲ ਵਾਲੇ ਕਿ ਮੈਂ ਕਲਮਾ ਗੋ ਮੁਸਲਮਾਨ ਆ ਤੇ ਇਹ ਮੈਨੂੰ ਯਹੂਦੀ ਬਣਾ ਰਿਹਾ। ਚਲ ਫਿਰ ਨਮਾਜ਼ ਸੁਣਾ ਨਾ, ਸੁਭਾਨ ਅੱਲਾਹ, ਨਮਾਜ਼ ਸੁਣਾ ਮੈਨੂੰ ਤੂੰ, ਨਮਾਜ਼ ਸੁਣਾ। ਅੱਛਾ ਜੀ ਮੈਨੂੰ ਨਹੀਂ, ਇੱਕ ਮਿੰਟ ਵਾਸਤੇ, ਜੇ ਅਗਰ ਮੈਨੂੰ ਨਮਾਜ਼ ਆਂਦੀ ਹੋਈ ਤਾਂ ਫਿਰ ਤੁਹਾਡਾ ਇਲਾਜ ਕੀ? ਉਹ ਚੱਲ ਨਮਾਜ਼ ਦੇ ਇਲਾਜ ਉਹ ਹੀ ਤੇਰੇ ਕੋਲ, ਫਿਰ ਮੈਂ ਨਹੀਂ ਮੈਨੂੰ ਦੱਸ ਨਾ, ਮੈਂ ਕਿ ਇੱਥੇ ਕਢਵਾਵਾਂਗਾ ਤੇਰੇ ਕੋਲ ਕੁਰਾਨ ਦੇ ਵਿੱਚੋਂ। ਤੁਹਾਡੇ ਕੋਲ ਕੋਈ ਜੰਨਤ ਦਾ ਟਿਕਟ ਨਹੀਂ ਹੈ ਮੈਂ ਜਿਹੜਾ ਤੁਹਾਡੇ ਹੱਥ ਦੇ ਵਿੱਚੋਂ ਲੈਣਾ ਨਮਾਜ਼ ਸੁਣਾ ਕੇ। ਗੱਲ ਦਲੀਲ ਨਾਲ ਕਰੋ, ਮੇਰੀ ਗੱਲ ਦਾ ਜਵਾਬ ਦੇ ਯਾਰ। ਇੱਕ ਸੈਕਿੰਡ, ਇਹ ਬੇਫਜ਼ੂਲ ਬਹਿਸ ਹੈ, ਫਜ਼ੂਲ ਬਹਿਸ ਹੈ, ਫਜ਼ੂਲ ਬਹਿਸ ਹੈ, ਫਲਾਣੀ ਸ਼ਾਹ ਸੁਣਾ, ਮੁਫਤੀ ਸਾਹਿਬ ਕਹਿੰਦੇ ਨੇ ਉਹ ਯਾਰ ਇੱਕ ਸੈਕਿੰਡ, ਮੁਸਲਮਾਨ ਨਾ ਮੇਰੀ ਨਮਾਜ਼ ਵੀ ਨਾ ਆਉਂਦੀ ਹੋਈ ਯਾਰ। ਮੁਫਤੀ ਸਾਹਿਬ 1 ਸੈਕਿੰਡ, ਮੁਫਤੀ ਸਾਹਿਬ ਪਲੀਜ਼। ਮੁਫਤੀ ਸਾਹਿਬ ਇਹ ਬੰਦਾ ਕਾਦੀਆਨੀ ਹੈ, ਕਾਦੀਆਨੀ ਹੈ ਯਾਰ। ਇੱਕ ਸੈਕਿੰਡ, ਇੱਕ ਸੈਕਿੰਡ, ਰੁਕੋ 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 ਰੁਕੋ। ਮੁਫਤੀ ਸਾਹਿਬ ਦੀ ਅਲੀ ਅਲੀ ਵਾਰਿਸ ਸਾਹਿਬ, ਮੁਫਤੀ ਸਾਹਿਬ ਦੀ ਤੁਸੀਂ ਗੱਲ ਨਹੀਂ ਸਮਝੇ ਕਿ ਤੁਸੀਂ ਕੁਰਾਨ ਜਿਹੜੀ ਨਮਾਜ਼ ਤੇ ਕਹਿ ਰਹੇ ਨੇ ਨਾ ਮੁਫਤੀ ਸਾਹਿਬ, ਉਹ ਕਹਿ ਰਹੇ ਨੇ ਕਿ ਸਿਰਫ ਤੇ ਸਿਰਫ ਕੁਰਾਨ ਦੇ ਵਿੱਚੋਂ ਸਾਬਤ ਕਰ ਦਿਓ ਕਿ ਕਿੱਥੇ ਲਿਖੀ ਦੀ ਹੈ। ਠੀਕ ਹੈ, ਇਹ ਨਹੀਂ ਸਾਰੀ ਗੱਲ ਹੈ, ਬਸ ਜੀ ਇਹ ਗੱਲ ਸੀ, ਇਹ ਗੱਲ ਜੀ। ਚਲੋ ਉਹ ਮੈਨੂੰ ਕਹਿ ਰਹੇ ਨੇ ਕਿ ਸ਼ੁਰੂ ਹੋ ਜਾਓ। ਚਲੋ ਜੀ ਸੁਣਾਉਣ ਲੱਗੇ ਨੇ ਜੀ, ਉਹ ਪਿੱਛੇ ਤੁਰ ਗਿਆ ਬੰਦਾ, ਗੂਗਲ ਤੋਂ ਵਹਿੰਦੇ ਨੇ ਪੇ ਜਾ ਕੇ।
ਉਹ ਨਹੀਂ ਭਾਈ ਜੀ, ਮੈਂ ਗੂਗਲ ਸ਼ੂਗਲ ਦੇ ਉੱਤੇ ਕਦੀ ਲਾਨਤ ਨਹੀਂ ਪਾਈ ਹੈਗੀ। ਅਗਰ ਤੁਸੀਂ ਮੇਰੇ ਨਾਲ ਸਹੀ ਗੁਫ਼ਤਗੂ ਕਰੋ ਔਰ ਸਹੀ ਤਰੀਕੇ ਨਾਲ ਗੱਲ ਕਰੋ ਨਾ, ਤਾਂ ਤੁਹਾਡੇ ਕੋਲ ਜਵਾਬ ਕੋਈ ਨਹੀਂ ਆਉਣਾ ਹੈਗਾ। ਮੈਨੂੰ ਪਤਾ ਤੁਹਾਡੇ ਕੋਲ ਜਵਾਬ ਨਹੀਂ ਆਉਣਾ ਹੈਗਾ, ਠੀਕ ਹੈ। ਤੁਸੀਂ ਮੈਂ ਤੈਨੂੰ ਐਂ ਕਰ ਦਿਆਂਗਾ, ਮੈਂ ਤੈਨੂੰ ਐਂ ਕਰ ਦਿਆਂਗਾ, ਫਿਰ ਮੈਂ ਇੰਜ ਲਾਇਆ, ਫਿਰ ਮੈਂ ਇੰਜ ਲਾਇਆ, ਫਿਰ ਫਲਾਣੇ ਨੂੰ ਮੈਂ ਇੰਜ ਭਜਾ ਦਿੱਤਾ। ਬਸ ਇਹ ਕਰਨ ਜੋਗੇ ਤੁਸੀਂ ਦਲੀਲ ਨਾਲ ਗੱਲ ਕਰੋ ਵਾਲੀ ਵਾਰ ਸਾਹਿਬ, ਤੁਸੀਂ ਗੱਲ ਸਮਝਣੀ ਹੈ ਜਾਂ ਫਿਰ ਬਹਿਸ ਬੰਬਾਸਾ ਕਰਨਾ ਵੇ। ਚਲੋ ਜੀ, ਨਮਾਜ਼ ਸੁਣਾ, ਨਮਾਜ਼ ਸੁਣਾ, ਸਾਰੇ ਚੁੱਪ ਕਰ ਜਾਓ। ਨਮਾਜ਼ ਦੀ ਗੱਲ ਹੋ ਰਹੀ ਹੈ, ਲੋ ਬਈ ਚੁੱਪ ਹੋ ਜਾਓ ਬਈ, ਨਮਾਜ਼ ਸੁਣਾਉਣ ਲੱਗੇ ਨੇ। ਨਮਾਜ਼ ਸੁਣਾ ਲਓ, ਚੁੱਪ ਕਰ ਜਾਓ ਜੀ। ਲੋ ਜੀ, ਨਮਾਜ਼ ਸੁਣਾਉਣ ਲੱਗੇ ਨੇ। ਚਲੋ ਉਹ ਪਿੱਛੇ ਟੁਰ ਗਏ ਨੇ, ਹੁਣ ਵਹਿੰਦੇ ਕਿ ਨਹੀਂ ਆਣੀ, ਨਹੀਂ ਆਣੀ ਬੰਦੇ ਨਮਾਜ਼ ਨਹੀਂ ਜੀ ਆਣੀ। ਲਿਖ ਲਓ ਮੇਰੀ ਗੱਲ। ਅੱਛਾ ਜੇ ਆ ਗਈ, ਜੇ ਮੈਂ ਨਮਾਜ਼ ਸੁਣਾ ਦਿੱਤੀ ਔਰ ਮੈਨੂੰ ਸਹੀ ਆਂਦੀ ਹੋਈ, ਤਾਂ ਤੁਹਾਡਾ ਇਲਾਜ ਕੀ ਫਿਰ? ਤੂੰ ਸੁਣਾ ਦੇਣਾ ਨਮਾਜ਼ ਫਿਰ ਮੈਂ ਨਹੀਂ, ਮੈਂ ਗੱਲ ਕਰਦਾ ਪਿਆ। ਨਹੀਂ ਇਹ ਕਿਉਂ, ਯਾਨੀ ਇਹਨਾਂ ਦਾ ਇਲਮੀ ਲੈਵਲ ਵੇਖੋ ਕਿ ਬਿਲਾ ਵਜ੍ਹਾ ਕਹਿ ਰਹੇ ਨੇ। ਤੂੰ ਨਮਾਜ਼ ਸੁਣਾ ਦੇਣਾ, ਤੂੰ ਸ਼ਰਤਾਂ ਕਰਨ ਲੱਗਾ, ਤੂੰ ਵੀ ਹੁਣ ਇੱਥੇ ਮਿਰਜ਼ੇ ਦਾ ਦਾਅਵਾ ਕਰ ਦੇਗਾ ਮੈਂ ਨਮਾਜ਼ ਆ ਗਈ ਤੇ ਮੈਨੂੰ ਮਿਰਜ਼ਾ ਕਜ਼ਾਬ ਨਾ ਆਖੋ, ਮੈਨੂੰ ਦਜਾਲ ਨਾ ਆਖੋ। ਤੂੰ ਨਮਾਜ਼ ਸੁਣਾ ਲੈ, ਅਗਲੀ ਗੱਲ ਹੋ ਜਾਏਗੀ। ਉਸ ਤੋਂ ਬਾਅਦ ਬੰਦਾ, ਉਹ ਬੰਦਾ ਨਾ ਕਿਧਰੋਂ ਰਿਸਰਚ ਕਰ ਰਿਹਾ ਹੈ, ਉਹਨੂੰ ਅੱਲਾ ਦੀ ਕਸਮ ਹੈ, ਉਹਨੂੰ ਰਿਸਰਚ ਕਰਕੇ ਵੀ ਨਾ ਦੇਜੀ ਹੋ ਰਹੀ, ਉਹਨੂੰ ਵੇਖਣਾ। ਨਮਾਜ਼ ਪੜ੍ਹ ਕੇ ਸੁਣਾ ਦੇ, ਤੂੰ ਵੀ ਇੱਥੇ ਹੁਣ ਮਿਰਜ਼ੇ ਖੰਜ਼ੀਰ ਦੀ ਤਰ੍ਹਾਂ ਸਾਰੇ ਹਲਾਮ ਪੂਰੇ ਕਰਨ ਲੱਗਾ ਜੀ। ਨਮਾਜ਼ ਸੁਣਾ, 2 ਮਿੰਟ ਲੱਗਦੇ ਨੇ, ਸੁਣਾ ਕੇ ਖਤਮ ਕਰ ਦੇ। ਨਹੀਂ ਆਣੀ, ਨਹੀਂ ਆਣੀ। ਲਓ ਸਭ ਲਿਖ ਲਓ ਮੇਰੀ ਗੱਲ ਨੇ ਜੀ, ਹੋਣੀ ਹੈ ਇਸ ਬੰਦੇ ਨੂੰ ਨਮਾਜ਼। ਬੰਦਾ ਮੁਸਲਮਾਨ ਹੀ ਨਹੀਂ ਹੈ। ਆਮੀਨ। ਕਿਉਂ ਜੀ, ਠੀਕ ਪੜ ਰਹੇ? ਹੈਲੋ ਕੀ ਸਲਾਇਆ ਜੇ ਸਾਜੀ, ਇਹਨੇ 2 ਵਾਰੀ ਬਿਸਮਿਲ੍ਲਾ ਪੜੀ ਜੇ। ਇੱਕ ਮਿੰਟ ਚੱਲਦਾ ਤੁਹਾਡਾ। ਉਹ ਭਾਈ ਜੀ, ਨਮਾਜ਼ ਪੜ੍ਹਨੀ ਸੁਬਹ ਫਜਰ ਦਾ ਹੈ, 2 ਫਰਜ਼ ਪੜ੍ਹਨੇ ਜੇ। ਯਾਰ ਹੁਣ ਪਤਾ ਨਹੀਂ ਤੁਸੀਂ ਕੀ ਮਤਲਬ ਟੈਸਟ ਲੈਣਾ ਚਾਹੁੰਦੇ ਹੋ, 2 ਫਰਜ਼ ਪੜ੍ਹਨੇ ਜਾਂ 3 ਪੜ੍ਹਨੇ? 2 ਫਰਜ਼ ਕਿੰਝ ਪੜ੍ਹਨੇ ਜੇ ਯਾਰ? ਇਹ ਬਹੁ ਤੁਹਾਡਾ ਕੰਮ ਹੈ, ਅਸੀਂ ਤੇ ਸਿੱਧੀ ਨਮਾਜ਼ ਪੜ੍ਹਨੇ ਆ। ਸਮਝ ਆਈ ਕਿ ਨਹੀਂ? ਪੁੱਤਰ ਤੂੰ ਮੁਸਲਮਾਨ ਨਹੀਂ, ਉਹ ਬਹੁ ਅਸਲ ਤੇ ਤੂੰ ਮੁਸਲਮਾਨ ਨਹੀਂ। ਤੂੰ ਜਿਹੜਾ ਫਿਤਨਾ ਪੈਦਾ ਕਰਨ ਆਇਆ ਨਾ, ਇਨਕਾਰੇ ਹਦੀਸ ਦਾ ਕਿ ਮੈਂ ਹਦੀਸ ਨੂੰ ਨਹੀਂ ਮੰਨਦਾ, ਅਸਲ ਤੇ ਤੂੰ ਮੁਸਲਮਾਨ ਹੀ ਨਹੀਂ ਬਹੁ। ਆਪਣੀ ਵੀ ਗੁਫ਼ਤਗੂ ਵੇਖ ਲੋ। ਮੈਂ ਵੇਖੋ, ਇਸਲਾਮ ਇਸ ਮੋੜ ਦੇ ਉੱਤੇ ਆ ਗਿਆ ਕਿ ਤੁਹਾਡੇ ਵਰਗੇ ਜਿਹੜੇ ਮੁਸਲਮਾਨ ਤਬਲੀਗ ਲੱਗੇ ਨੇ ਕਰਨ, ਸੁਭਾਨ ਅੱਲਾਹ। ਮੁਸਲਮਾਨ ਪੂਰੀ ਦੁਨੀਆ ਦੇ ਵਿੱਚ ਜ਼ਲੀਲ ਔਰ ਰੁਸਵਾ ਹੋ ਰਿਹਾ, ਕਿਉਂਕਿ ਤੁਹਾਡੇ ਵਰਗਿਆਂ ਦੇ ਹੱਥ ਦੇ ਵਿੱਚ ਇਲਮ। ਓਏ, ਕਿਬਲੇ ਦੀ ਤਰਫ ਪਹਿਲੇ ਮੂੰਹ ਕਰਕੇ ਖੜੇ ਹੋਈਦਾ, ਸਮਝ ਆਈ ਕਿ ਨਹੀਂ? ਤੇ ਫਿਰ ਦੋਵੇਂ ਹੱਥ ਉਠਾਈਦੇ ਨੇ, ਕੰਨਾਂ ਦੀ ਲੋਹ ਤੇ ਇੰਜ ਕਰਕੇ ਲਾਈਦੇ ਨੇ, ਕਹੀਦੇ ਅੱਲਾਹੁ ਅਕਬਰ, ਤੇ ਫਿਰ ਹੱਥ ਬੰਨ ਲਈਦੇ ਨੇ, ਸਮਝ ਆਈ ਕਿ ਨਹੀਂ? ਉਸ ਤੋਂ ਬਾਅਦ ਜਿਹੜੀ ਇਹ ਜੋ ਕੁਝ ਤੁਸੀਂ ਸੁਣਾਇਆ ਨਾ, ਉਹ ਪੜੀਦੇ। ਇਹ ਵੀ ਨਮਾਜ਼ ਦਾ ਇੱਕ ਤਰੀਕਾ। ਮੈਂ ਇੰਜ ਕਹਿ ਰਿਹਾ ਕਿ ਜਿਹੜੀ ਨਮਾਜ਼ ਹੁੰਦੀ ਨਾ, ਉਹ ਸੁਣਾਓ ਮੈਨੂੰ। ਹਾਂਜੀ, ਸੁਣਾਓ ਤੇਰਾ ਨਮਾਜ਼ ਕਿੰਝ ਪੜਦੇ ਹੋ, ਮੈਂ ਤਰੀਕਾ ਸੁਣਨਾ ਚਾਹੁੰਦਾ। ਤੇ ਉਹ ਜਿਹੜਾ ਤਰੀਕਾ ਤੁਸਾਂ ਦੱਸਣਾ ਹੈ ਨਾ, ਉਹਨੂੰ ਫਿਰ ਅਸੀਂ ਤੁਹਾਡੇ ਕੋਲ ਹੀ ਕੁਰਾਨ ਦੇ ਵਿੱਚ ਕਢਵਾਉਣਾ ਹੈ। ਚਲੋ ਸ਼ੁਰੂ ਹੋ ਜਾਓ। ਹੈਲੋ ਬਾਊ,
ਹਾਂਜੀ ਜਨਾਬ, ਸੋਰੀ ਮੈਂ ਪਾਣੀ ਪੀ ਰਿਹਾ। ਸੁਣਾ ਯਾਰ ਕੀ ਹੋ ਗਿਆ ਯਾਰ? ਯਾਰ ਮੈਂ ਕੁਛ ਵੀ ਨਹੀਂ ਸੁਣਾਣਾ ਹੈਗਾ, ਮੈਂ ਕੁਛ ਵੀ ਨਹੀਂ ਸੁਣਾਣਾ। ਤੂੰ ਸਹੀ ਜਿਵੇਂ ਮੌਲਵੀ ਜਿਹੜਾ ਕਰਦੇ ਆ ਨਾ, ਹੁਣ ਤੁਸੀਂ ਉਹਨਾਂ ਹਰਕਤਾਂ ਦੇ ਉੱਤੇ ਆ ਗਏ ਹੋ। ਠੀਕ ਹੈ, ਵੇਖੋ ਮੈਂ ਆਲਮ ਨਹੀਂ ਹਾਂ, ਤੂੰ ਵੇਖ ਨਹੀਂ ਰਿਹਾ। ਗੱਲ ਸੁਣੋ, ਮੈਂ ਆਲਮ ਨਹੀਂ ਹੈਗਾ, ਮੇਰੀਆਂ ਗੱਲਾਂ ਦਾ ਜਵਾਬ ਤੇ ਮੈਂ ਮੰਗ ਸਕਦਾ ਨਾ ਤੁਹਾਡੇ ਕੋਲੋਂ। ਉਹ ਜਵਾਬ ਤੈਨੂੰ ਦੇ ਦੇਣੇ, ਤੂੰ ਕੈਮਰਾ ਆਨ ਕਰਕੇ, ਜਿਸ ਤਰ੍ਹਾਂ ਮੁਫਤੀ ਸਾਹਿਬ ਵੀ ਕੈਮਰਾ ਆਨ ਕਰ ਲੈਣੇ, ਮੈਂ ਵੀ ਤੂੰ ਪੜ੍ਹ ਕੇ ਸੁਣਾ। ਅੱਛਾ, ਜੇ ਮੈਂ ਜਿਸ ਤਰ੍ਹਾਂ ਮੁਫਤੀ ਸਾਹਿਬ ਚਾਹੁੰਦੇ ਨੇ ਉਸ ਤਰ੍ਹਾਂ ਨਮਾਜ਼ ਪੜ੍ਹਾਂ ਤੇ ਫਿਰ ਤੇ ਠੀਕ ਹੈ, ਜੇ ਉਸ ਤਰ੍ਹਾਂ ਨਾ ਪੜ੍ਹਾਂ ਤੇ ਫਿਰ ਮੈਂ ਕਾਫਰ ਹਾਂ। ਤੂੰ ਕਾਫਰ ਨਾ ਬਣਨਾ, ਉਹ ਸਾਨੂੰ ਪਤਾ ਹੈ ਤੂੰ ਕਾਫਰ ਹੈ, ਲੇਕਿਨ ਸਬੂਤ ਕਰ ਦੇਣਾ ਕਿ ਤੂੰ ਕਾਫਰ ਨਹੀਂ ਹੈ। ਤੂੰ ਆਪਣੇ ਆਪ ਨੂੰ ਕਿਉਂ ਕਾਫਰ ਕਹਿ ਰਿਹਾ? ਅੱਛਾ, ਮੈਂ ਕਹਿੰਦਾ ਕਿ ਤੁਸੀਂ ਕਾਫਰ ਹੋ ਫਿਰ। ਮੈਂ ਕਹਿ ਰਿਹਾ ਕਿ ਤੁਸੀਂ ਕਾਫਰ ਹੋ ਫਿਰ, ਉਹਦਾ ਕੀ ਇੱਕ ਬਹਿਸ ਤੇ ਕੋਈ ਨਹੀਂ ਹੈ। ਮਿਰਜ਼ਾ ਖਨਜ਼ੀਰ ਜਿਹੜਾ ਸੀ ਨਾ, ਉਹ ਵੀ ਇਸੇ ਤਰ੍ਹਾਂ ਭੌਂਕਦਾ ਸੀ। ਮੈਂ ਦੱਸਿਆ ਕੈਮਰਾਨ ਕਰ ਲੈ ਫਿਰ ਗੱਲ ਕਰ ਲੈ। ਨਹੀਂ ਬਾਈ, ਖਿਆਲ ਜੋ ਇੱਕ ਮਿੰਟ, ਮਿਹਰਬਾਨੀ ਜੀ ਮੁਫਤੀ ਸਾਹਿਬ ਜਿਵੇਂ ਮਿਰਜ਼ਾ ਖਨਜ਼ੀਰ ਮੁਲਹਿਦ ਸੀ ਨਾ, ਇਹ ਵੀ ਮੁਲਹਿਦ ਹੈ, ਹੋਰ ਕੁਛ ਵੀ ਨਹੀਂ ਹੈ। ਮਿਰਜ਼ਾ ਖਨਜ਼ੀਰ ਜਿਹੜਾ ਉਹ ਵੀ ਦੂਜਿਆਂ ਨੂੰ ਕਾਫਰ ਕਹਿੰਦਾ ਸੀ ਜਦੋਂ ਕੋਈ ਸਵਾਲ ਪੁੱਛੋ ਉਹਦਾ। ਉਹ ਆਪਣੀ ਆਪਣੇ ਮੂੰਹ ਉਹ ਜਨਾਬ ਦੱਸਦਾ ਲੋਕਾਂ ਨੂੰ ਕਿ ਮੈਂ ਹਰਾਮਦਾ, ਮੇਰੀ ਤਾਰੀਖ ਪੈਦਾਇਸ਼ ਉਹ ਆਪਣੀ ਅੱਜ ਤੱਕ ਪਰੂਫ ਨਹੀਂ ਕਰ ਸਕਿਆ ਕਿ 1838 ਤੋਂ ਲੈ ਕੇ 1842 ਤਾਈਂ ਉਹਦਾ ਪਿਓ ਘਰ ਨਹੀਂ ਸੀ ਤੇ ਮਾਈ ਕਸੀਟੀ ਨੇ ਦੋ ਬੱਚੇ ਡਾਊਨਲੋਡ ਕਰ ਲਏ ਸਨ ਮਾਡਰਨ ਟਾਈਮ ਦੇ ਅੰਦਰ। ਤੇ ਇਹਨੇ ਵੀ ਉਹੀ ਗੱਲ ਕਰਨੀ ਹੈ, ਗੱਲ ਇਹਨੇ ਦੱਸਣੀ ਕੋਈ ਨਹੀਂ। ਤੂੰ ਕੈਮਰਾ ਆਨ ਕਰ, ਨਮਾਜ਼ ਪੜ੍ਹ ਕੇ ਤਰੀਕਾ ਦੱਸ ਦੇ, ਅਸੀਂ ਵੀ ਤੇਰੇ ਪਿੱਛੇ ਨਮਾਜ਼ ਪੜ੍ਹ ਲੈਂਦੇ ਹਾਂ। ਗੱਲ ਖਤਮ ਹੋ ਗਈ, ਇੰਜੇ ਚਬੜਾ ਮਾਰ ਰਿਹਾ ਮਿਰਜ਼ੇ ਦੀ ਤਰ੍ਹਾਂ ਜੀ। ਤੁਸੀਂ ਮੁਸਲਮਾਨ ਬਦਨਾਮ ਹੋ, ਮੁਸਲਮਾਨ ਕੋਈ ਬਦਨਾਮ ਨਹੀਂ, ਬਦਨਾਮ ਉਹ ਖਨਜ਼ੀਰ ਨੇ ਜਿਹੜੇ ਆਪਣੀ ਬੱਚੀਆਂ ਦੇ ਨਾਲ 36-36 ਸਾਲ ਜ਼ਨਾ ਕਰਦੇ ਰਹੇ ਨੇ, ਔਰ ਉਹ ਆਪਣੇ ਆਪ ਨੂੰ ਖਲੀਫਾ ਅਹਿਲੇ ਉਹ ਬੜੇ ਰਾਹੀਲ ਹੋਣੇ ਦਾ ਮਤਲਬ ਮਿਰਜ਼ੇ ਖਨਜ਼ੀਰ ਦੇ ਫਾਲੋਅਰ ਹੋਣੇ ਦਾ ਦਾਅਵੇਦਾਰ ਨੇ। ਮਿਰਜ਼ਾ ਲੁਕਮਾਨ ਜਿਹੜਾ 36 ਸਾਲ ਆਪਣੀ ਬੇਟੀ ਦੇ ਨਾਲ ਜ਼ਨਾ ਕਰਦੇ ਰਿਹਾ, ਔਰ ਜੇ ਜਿਹੜਾ ਖਲੀਫਾ ਮਿਰਜ਼ਾ ਤਾਹਿਰ ਹੈ ਉਹ ਜ਼ਨਾ ਕਰਾਉਂਦਾ ਰਿਹਾ ਲੰਡਨ 'ਚ ਬਹਿ ਕੇ ਨਾਲ ਵਾਲੇ ਕਮਰੇ 'ਚ 36 ਸਾਲ ਜ਼ਨਾ ਕਰਾਉਂਦਾ ਰਿਹਾ। ਤੁਸੀਂ ਇਸਲਾਮ ਦਾ, ਤੁਹਾਡਾ ਇਸਲਾਮ ਨਾਲ ਤਾਲੁਕ ਹੀ ਕੋਈ ਨਹੀਂ ਹੈ। ਇਹ ਜਿਹੜੇ ਕਾਦੀਆਨੀ ਨੇ, ਇਹ ਮਸਰੂਰ ਜਿਹੜਾ ਮਫਰੂਰ ਜਿਹੜਾ ਪਾਕਿਸਤਾਨ ਤੋਂ ਮਫਰੂਰ ਹੋਏ ਆ, ਇਹ ਸਾਰੇ ਖਨਜ਼ੀਰ ਜਿਹੜੇ ਨੇ ਇਹ ਆਪਣੀ ਬੱਚੀਆਂ ਦੇ ਨਾਲ ਜ਼ਨਾ ਕਰਦੇ ਰਹੇ। ਉਹ ਮੁੱਦਾ ਕਾਣਾ ਜਿਹੜਾ ਦੋ ਨੰਬਰ ਖਲੀਫਾ ਸੀ, ਉਹਨੇ ਜਨਾਬ ਆਪਣੀ ਬੇਟੀ ਦੇ ਨਾਲ ਵੀ ਜ਼ਨਾ ਕੀਤਾ, ਆਪਣੀ ਬੀਵੀ ਦੇ ਨਾਲ ਜ਼ਨਾ ਕੀਤਾ, ਔਰ ਹਕੀਮ ਨੂਰੇ ਦੀ ਬੀਵੀ ਜਿਹੜੀ ਉਹਦੀ ਸੱਸ ਸੀ ਉਹਦੇ ਨਾਲ ਵੀ ਜ਼ਨਾ ਕੀਤਾ। ਇਹ ਐਡੇ ਖਰਬੀਸ ਨੇ ਇਹ ਜਿਹੜੇ ਕਾਦੀਆਨੀ ਨੇ, ਇਹਨਾਂ ਨੇ ਦਾਅਵਾ ਕੀਤਾ ਜੀ ਅਸੀਂ ਨਾਊਜ਼ ਬਿਲਾ ਹਜ ਦੇ ਉੱਤੇ 3.5 ਮਿਲੀਅਨ 35 ਲੱਖ ਬੰਦਾ ਉੱਥੇ ਹਜ ਤੇ ਆਇਆ ਸੀ ਇਸ ਸਾਲ ਅੱਲਾ ਦੇ ਹੁਕਮ ਨਾਲ, ਅੱਲਾ ਦੀ ਰਹਿਮਤ ਨਾਲ। ਇਹ ਖਨਜ਼ੀਰਾਂ ਨੇ ਉੱਥੇ 4,000 ਬੰਦੇ ਸਨ ਕੈਨੇਡਾ ਦੇ ਅੰਦਰ ਪਿਛਲੇ ਹਫ਼ਤੇ, ਇਹਨਾਂ ਨੇ ਦਾਅਵਾ ਕਰ ਦਿੱਤਾ ਜੀ 25 ਲੱਖ ਬੰਦਾ ਹੈ। ਰਾਓ ਸਾਹਿਬ ਉਹਦੀ ਐਂਬੂਲੈਂਸ ਆ ਗਈ ਜੇ, ਉਹ ਫਿਰ ਬੈਗ ਤੁਰ ਗਿਆ ਜੇ, ਕਹਿੰਦਾ ਕਾਲ ਆ ਗਈ ਮੈਨੂੰ। ਨਹੀਂ ਆ ਗਈ ਹੈ, ਹੁਣ ਤੇ ਕਾਦੀਆਨੀ ਨਜ਼ੀਰ ਥੱਲੇ ਬੈਠਾ ਉਹ ਚੁੱਕ ਕੇ ਲੈ ਕੇ ਜਾਏਗਾ। ਮੈਂ ਅੱਜ ਨਾਸਰ ਬੱਟ ਨੂੰ ਕਹਿ ਕੇ ਆਇਆ ਜਿੱਥੇ ਮਰਜ਼ੀ ਮੁਨਾਜ਼ਰਾ ਕਰ ਲੈ, ਮੈਨੂੰ ਸਿਰਫ ਸੁਣ ਲੈ, ਨਹੀਂ ਚੁੱਕ ਸਕਦੇ ਹਿੰਮਤ ਤੇਰਾ ਕਾਦੀਆਨੀ ਤੇ ਕਿਸੇ ਕਾਦੀਆਨੀ ਦੀ ਹਿੰਮਤ ਨਹੀਂ ਹੈ। ਉਹ 4,000-5,000 ਬੰਦਾ ਕੈਨੇਡਾ ਚ ਆਇਆ, ਇਹਨਾਂ ਖਨਜ਼ੀਰਾਂ ਨੇ ਕਿਹਾ ਜੀ 25 ਲੱਖ ਬੰਦਾ ਆਇਆ ਸਾਡਾ ਹਜ, ਜਿੰਨੇ ਬੰਦੇ ਆਏ ਨੇ ਦੇਖੋ ਇਹਨਾਂ ਕਾਫਰਾਂ ਦਾ ਹਾਲ, ਇਹਨਾਂ ਮੁਰਤਦਾਂ ਦਾ। ਮਿਰਜ਼ਾ ਸਭ ਤੋਂ ਵੱਡਾ ਮੁਲਹਿਦ ਸੀ, ਮੁਰਤਦ ਸੀ ਉਹ।
ਇਲਾਜ ਸਿਰਫ ਮਤਲਬ ਜਿਸ ਤਰ੍ਹਾਂ ਉਹ ਬੋਲ ਰਿਹਾ ਹੈ ਮੁਸਲਮਾਨ ਜ਼ਲੀਲ ਹੋ ਗਏ। ਇਥੋਂ ਸਾਨੂੰ ਪਤਾ ਲੱਗ ਗਿਆ ਕਿ ਤੂੰ ਕਾਦੀਆਨੀ ਖਨਜ਼ੀਰ ਮਿਰਜ਼ੇ ਦਾ ਫਾਲੋਅਰ ਹੈ ਜਿਹੜਾ ਆਪਣੇ ਬਾਪ ਨੂੰ ਪੈਦਾ ਆਪਣੀ ਮਾਂ ਨੂੰ ਕਹਿੰਦਾ ਕਿ ਉਹ ਹਰਾਮ ਦੀ ਸੀ, ਉਹਦੀ ਮਾਂ ਤੜਪ ਤੜਪ ਕੇ ਮਰ ਗਈ ਹੈ 88 ਚ, ਉਹਨੇ ਸ਼ਕਲ ਨਹੀਂ ਵੇਖੀ, ਬਦਦੁਆ ਦੇ ਕੇ ਗਈ ਸੀ। ਉਹ ਵੇਖੋ ਅੱਜ 140 ਸਾਲ ਹੋ ਗਏ, ਦੁਨੀਆ ਦੇ ਕੋਨੇ ਕੋਨੇ ਤੇ ਮਿਰਜ਼ੇ ਖਨਜ਼ੀਰ ਨੂੰ ਲਾਨਤ ਪੈ ਰਹੀ ਹੈ। ਮਿਰਜ਼ੇ ਖਨਜ਼ੀਰ ਨੂੰ ਦੁਨੀਆ ਦੇ ਕੋਨੇ ਕੋਨੇ ਤੇ ਲਾਨਤ ਪੈ ਰਹੀ ਹੈ। ਇਹ ਦੁਨੀਆ ਦੇ ਉੱਤੇ 205 ਮੁਲਕ ਨੇ, ਇਹ ਮੁਰੱਬੀ ਜਿਹੜਾ ਵੱਡੇ ਤੋਂ ਵੱਡਾ ਪੜ੍ਹਾ ਲਿਖਾ ਮੁਰੱਬੀ, ਉਹ ਕਹਿੰਦਾ ਜੀ ਅਸੀਂ ਦੁਨੀਆ ਦੇ 216 'ਚ ਦੁਨੀਆ ਦੇ 216 ਮੁਲਕਾਂ 'ਚ ਫੈਲ ਗਏ ਹਾਂ। ਉਹ ਖਨਜ਼ੀਰੋ ਦੁਨੀਆ ਦੇ ਉੱਤੇ ਸਿਰਫ ਇਸ ਵਕਤ ਗੂਗਲ ਦੇ ਉੱਤੇ ਜਾਂ ਜਿਹੜੇ ਯੂਨਾਈਟਿਡ ਨੇਸ਼ਨ ਦੇ ਅੰਦਰ ਨੇ ਉਹ 157 ਮੁਲਕ ਨੇ। ਉਹ ਤੁਸੀਂ ਸੂਰੋ ਕਿੱਥੇ 216 ਮੁਲਕਾਂ 'ਚ ਫੈਲ ਗਏ ਹੋ? ਉਹ ਜਿਵੇਂ ਮਿਰਜ਼ਾ ਤਾਹਿਰ ਕਜ਼ਾਬ ਦਜਾਲ ਜਿਹੜਾ ਝੂਠ ਬੋਲਦਾ ਸੀ ਕਿ ਪਹਿਲਾ ਇਨਸਾਨ ਦੁਨੀਆ ਦੇ ਉੱਤੇ ਜਿਹੜਾ ਹੈ ਉਹ ਅਫਰੀਕਾ 'ਚ ਉਤਰਿਆ ਸੀ, ਉਹਦਾ ਲੰਨ ਕਾਲਾ ਸੀ ਔਰ ਉਹ ਔਰਤ ਸੀ, ਮਤਲਬ ਇਹ ਕੁਰਾਨ ਦੇ ਮੁਨਕਰ ਨੇ, ਇਹ ਮੁਲਹਿਦ ਜਿਹੜੇ ਕਾਦੀਆਨੀ ਖਨਜ਼ੀਰ ਨੇ। ਜੀ ਜਨਾਬ ਸੋਰੀ ਅਗਰ ਕਿਸੇ ਦੀ ਦਿਲ ਅਜ਼ਾਰੀ ਹੋਈ ਹੈ। ਜ਼ਬਰਦਸਤ ਜ਼ਬਰਦਸਤ ਜ਼ਬਰਦਸਤ, ਵੈਲ ਡਨ ਵੈਲ ਡਨ ਭਾਈ ਵੈਲ ਡਨ। ਇੱਥੇ ਮਲੰਗੀ ਅਮਰਦਈ ਨੂੰ ਪੁੱਛਿਓ ਹੁਣ ਕੁਝ ਰਾਮ ਹੀ ਮਾਸ਼ਾਅੱਲਾ ਜੀ, ਕਾਫੀ ਬੰਦਾ ਕਾਫੀ ਜੈਲਸ ਜੀ, ਇਹਦੇ ਨਾਲ ਬਹਿਸ ਕਰਨਾ ਬੇਫਜ਼ੂਲ ਸੀ ਕਿਉਂਕਿ ਟਾਈਮ ਵੇਸਟ ਕਰ ਰਿਹਾ ਸੀ ਉਹ ਜਿਹੜਾ ਮੇਰੇ ਹਿਸਾਬ ਨਾਲ। ਅੱਛਾ ਯਾਰ ਸਾਰੇ ਦੋਸਤ ਬਵੋ ਤਸ਼ਰੀਫ ਰੱਖੋ ਤੇ ਸ਼ਾਇਦ ਭਾਈ ਮੈਂ ਮੈਨੂੰ ਇਜਾਜ਼ਤ ਦੇ। ਠੀਕ ਹੋ ਗਿਆ ਮੁਫਤੀ ਸਾਹਿਬ? ਠੀਕ ਹੋ ਗਿਆ ਜੀ। ਓਕੇ ਜੀ, ਅੱਲਾ ਹਾਫਿਜ਼। ਅੱਛਾ ਦੇਖੇ ਬਾਤ ਪਤਾ ਕਿਆ, ਉਸਸੇ ਇਤਨੇ ਪਿਆਰ ਸੇ ਬਾਤ ਕਰ ਰਹੇ ਥੇ ਤੋ ਉਸਕੋ ਸਮਝ ਨਹੀਂ ਆ ਰਹੀ ਥੀ, ਔਰ ਉਸਕੇ ਜੋ ਕਾਇਦ ਹੈ ਵੋ ਹਜ਼ਰਤ ਈਸਾ ਅਲੈਹਿ ਸਲਾਮ ਕੇ ਬਾਰੇ ਮੇਂ ਵੀ ਕਹਿ ਰਹਾ ਥਾ ਔਰ ਇਮਾਮ ਮਹਿੰਦੀ ਕੋ ਵੀ ਜੋ ਹੈ ਵੋ ਇਸ ਤਰ੍ਹਾਂ ਸੇ ਕਰ ਰਹਾ ਥਾ, ਤੋ ਇਸ ਤਰ੍ਹਾਂ ਸੇ ਫਿਰ ਇਸੀ ਤਰ੍ਹਾਂ ਹੋਤੀ ਹੈ ਨਾ, ਔਰ ਹਵਾਲਾ ਜਾਤ। ਸ਼ਾਇਦ ਭਾਈ ਮਸਲਾ ਕਿਆ ਹੈ, ਮੈਂ ਕਾਫੀ 2 ਘੰਟੇ ਸੇ ਸੁਣ ਰਹਾ ਹੂੰ ਆਪਕੋ, ਪਤਾ ਕਿਆ ਇਸ ਤਰ੍ਹਾਂ ਕਾ ਵੋ ਆਦਮੀ ਥਾ ਨਾ, ਕਿਉਂਕਿ ਉਸਕੇ ਜੋ ਸਵਾਲ ਥੇ ਨਾ ਵੋ ਦੂਸਰੋ ਕੋ ਜੋ ਕਹਤੇ ਹੈ ਕਿ ਉਸਕਾ ਜੋ ਬ੍ਰੇਨ ਵਾਸ਼ ਕਰ ਸਕਤੀ ਹੈ।